ਮੈਨੂੰ ਇਦਾਂ ਇੰਡੀਅਨ ਆਈਡਲ ਦੇ ਵਿੱਚ ਮੌਕਾ ਮਿਲਿਆ ਜਾਂਦਾ ਤੇ ਮੈਂ ਫਿਰੋਜ਼ਪੁਰ ਤੋਂ ਅੰਮ੍ਰਿਤਸਰ ਉਤੋਂ ਫਿਰ ਮੈਂ ਇੱਕ ਬੱਸ ਫੜੀ ਮਾਰਨਿੰਗ ਟਾਈਮ ਐ ਬਹੁਤ ਖੱਜਲ ਖਰਾਬ ਹੋ ਕੇ ਮੈਂ ਉੱਥੇ ਆਡੀਸ਼ਨ ਦੇਣ ਲਈ ਚੰਡੀਗੜ੍ਹ ਪਹੁੰਚੀ ਤੇ ਮੈਂ ਜਦੋਂ ਜਾ ਕੇ ਉੱਥੇ ਦੇਖਿਆ ਕਿ ਉੱਥੇ ਬਹੁਤ ਪਾਰਸ਼ੀਅਲਟੀ ਹੁੰਦੀ ਸੀ ਤੂੰ ਮੈਨੂੰ ਵਰਤ ਕੇ ਸੁਟਿਆ ਓ ਦਿਲ ਬੇਗਾਨਾ ਕਿੱਥੇ ਆ ਜਾ ਕੇ ਤੂੰ ਵਿਕਿਆ ਉਹ ਬਾਜ਼ਾਰ ਕਿੱਥੇ ਆ ਮੇਰੇ ਜਜ਼ਬਾ ਤਾਂ ਦਾ ਹੋਇਆ ਦਸਵੇਂ ਵਪਾਰ ਕਿੱਥੇ ਆ ਸਾਨੂੰ ਕਿਸੇ ਨੇ ਇਦਾਂ ਕਿਹਾ ਨਹੀਂ ਕਿ ਸਾਡੇ ਨੇ ਇਦਾਂ ਜਾਂ ਕੰਮ ਕਰੋ ਜਾਂ ਕਿਦਾਂ ਲੇ ਮੌਕਾ ਨਹੀਂ ਮਿਲਿਆ ਇਦਾਂ ਮੌਕਾ ਦਾ ਅਸਲ ਮੌਕਾ ਤਾਂ ਤਾਂ ਮਿਲਦਾ ਨਾ ਜੇ ਤੁਸੀਂ ਕੋਈ ਚੱਕਵਾ ਗੀਤ ਗਾਉਣੇ ਜੇ ਤੁਸੀਂ ਵੀ ਕੋਈ ਕਹਨੇ ਵੀ ਚੱਕ ਦਾਂਗੇ ਮਾਰ ਦਾਂਗੇ ਵੱਡ ਦਾਂਗੇ ਤਾਂ ਜ਼ਾਹਿਰ ਜੀ ਗੱਲ ਹੈ ਕਿ ਕੋਈ 10 ਤੋਂ 15 ਕੰਪਨੀਆਂ ਨੇ ਤੁਹਾਡੇ ਮੂਰੇ ਵਿੜਾ ਮਲ ਲੈਣਾ ਸੀ ਇਹ ਰਾਉਂਡ ਜਿੱਦਾਂ ਆਪਾਂ ਫਸਟ ਰਾਉਂਡ ਕਲੀਅਰ ਕਰਦੇ ਆ ਸੈਕੰਡ ਰਾਉਂਡ ਦੇ ਵਿੱਚ ਸਾਨੂੰ ਉਹ ਕੈਸ਼ ਦੇਣਾ ਪੈਂਦਾ ਉਹਨਾਂ ਨੂੰ ਕੁਝ ਦੇਣਾ ਪੈਂਦਾ ਉਹਦੇ ਲਈ ਉਹਨਾਂ ਬੱਚੇ ਪਹਿਲਾਂ ਸਿਲੈਕਟ ਕੀਤੇ ਹੁੰਦੇ ਆ ਮੈਂ ਇਸ ਗੱਲ ਨੂੰ ਮੰਨਦੀ ਨਹੀਂ ਸੀ ਬਟ ਜਦੋਂ ਮੈਂ ਦੇਖਿਆ ਉਥੋਂ ਹਾਲ ਮੈਂ ਦੇਖਿਆ ਵੀ ਇਦਾਂ ਹੁੰਦਾ ਆ ਤਾਂ ਮੈਂ ਉਹਨਾਂ ਨੂੰ ਸਾਫ਼ ਕਹਿਦਾ ਮੇਰੇ ਕੋਲ ਕੈਸ਼ ਨਹੀਂ ਆ ਮੈਂ ਕਰਾਇਆ ਕਿੰਨੇ ਕਿੰਨੇ ਕੈਸ਼ ਦੀ ਪੇਸ਼ਕਸ਼ ਕੀਤੀ ਕੰਡਿਆ ਰਾਂਝਾ ਓ ਰਾਂਝੇ ਦੇ ਭਾਈਆਂ ਨੇ ਕੰਡਿਆ ਰਾਂਝਾ ਓ ਰਾਂਝੇ ਦੇ ਭਾਈਆਂ ਨੇ ਚਾਰੇ ਚਾੜੇ ਜੱਟ ਨੇ ਓ ਚਾਦਰ ਦੇ ਪੱਲੇ ਸੋਹਣ ਜੱਟिए ਸੋਹਣ ਜੱਟिए ਸੋਹਣ ਜੱਟिए ਨੀ ਹੀਰ ਪਲਟिए ਪਾਣੀ ਪੀਵੰਦੀ ਗਊ ਨਾ ਡੱਕੀਏ ਕਿਸੇ ਦੀ ਆਈ ਕੌਣ ਮਰਦਾ ਕਿਸੇ ਦੀ ਆਈ ਕੌਣ ਮਰਦਾ ਪਹਿਲਾਂ ਆਪਣੀ ਕੁਲੀ ਨੂੰ ਅਗਲਾ ਲਈਏ ਜੱਟ ਪੱਟ ਤਾ ਬਈ ਪੱਟ ਤਾ ਹਜ਼ਾਰੇ ਦਾ ਦੂ ਮੈਂ ਦਾ ਇਹ ਤੋਂ ਸ਼ੁਰੂਆਤ ਕੀਤੀ ਫਿਰ ਮੈਂ ਕੰਪੀਟੀਸ਼ਨ ਦੇ ਵਿੱਚ ਮੈਂ ਫਸਟ ਪ੍ਰਾਈਜ਼ ਜਿਹੜਾ ਉਹ ਟੱਡ ਦਾ ਤਿਰਕਟਾਂ ਦੇ ਨਾਲ ਹਾਸਲ ਕੀਤਾ ਤਾਂ ਮੈਨੂੰ ਉਹਨਾਂ ਨੇ ਇੱਕ ਇੱਕ 골ਡ ਮੈਡਲ ਨਾਲ ਸਨਮਾਨਿਤ ਕੀਤਾ ਉਸ ਤੋਂ ਇਲਾਵਾ ਕੁਮਾਨ ਸਾਹਿਬ ਮੈਂ ਦਾ ਸਰੰਗੀ ਤੂੰ ਵੀ ਨਾਲ ਹਰਮੋਨੀਅਮ ਤੇ ਹੁਣ ਜਿਹੜੀ ਮੈਂ ਸਿੱਖਿਆ ਲੈ ਰਹੀ ਹਾਂ ਉਹ ਸਤਾਰ ਦੀ ਗੁਰਨਾਨਕ ਕਾਲਜ ਤੋਂ ਲੈ ਰਹੀ ਹਾਂ ਸਥਿਤੀ ਜਿਹੜੀ ਆ ਉਹ ਇਦਾਂ ਦੀ ਆਗੇ ਮਸੇ ਹੀ ਗੁਜਾਰੇ ਵਾਲੀ ਗੱਲ ਹੈ ਇਦਾਂ ਮੇਰੇ ਸਕੂਲ ਟਾਈਮ ਵੀ ਜਦੋਂ ਮੈਂ ਸਟੱਡੀ ਕੀਤੀ ਆ ਤੇ ਮੇਰਾ ਜਿਹੜਾ ਖਰਚਾ ਉਹ ਟੀਚਰਸ ਦਾ ਚੱਕਦੇ ਸੀ ਤੇ ਉਸ ਤੋਂ ਬਾਅਦ ਕਾਲਜ ਦੇ ਵਿੱਚ ਵੀ ਮੈਂ ਪੈਸੇ ਨਹੀਂ ਇਦਾਂ ਲਾ ਸਕਦੀ ਕਿ ਮੈਂ ਇਦਾਂ ਹੁਣ ਟਰੈਕ ਵੀ ਇਦਾਂ ਆ ਤਾਂ ਮੈਂ ਕਿਸੇ ਨਾਲ ਵੀ ਇਦਾਂ ਗੱਲ ਕਰ ਲੈਣੀ ਆ ਕਿ ਮੈਂ ਕਰੂੰ ਪੈਸਾ ਨਹੀਂ ਲਾ ਸਕਦੀ ਜਦੋਂ ਕੋਈ ਦੇਖ ਕੇ ਮੈਨੂੰ ਇਦਾਂ ਉਮੀਦ ਹੈਗੀ ਆ ਕਿ ਕੋਈ ਵੀ ਸਾਨੂੰ ਸਪான்ਸਰ ਕਰੂ ਮੈਨੂੰ ਕੋਈ ਜਿਹਦਾ ਟਰੈਕ ਤੇ ਖਰਚਾ ਕਰੂ ਪੈਸਾ ਲਾਉ ਕੋਈ ਕੰਪਨੀ ਵਾਲੇ ਸਾਨੂੰ ਇਦਾਂ ਅਪਰੋਚ ਕਰਨਗੇ ਮੈਨੂੰ ਇਸ ਗੱਲ ਦੀ ਉਮੀਦ ਆ ਕਿ ਜੇ ਮਾਲਕ ਨੇ ਕਲਾ ਬਖਸ਼ੀ ਆ ਤੇ ਅਸੀਂ ਆਪਣਾ ਚਲੋ ਮਿਹਨਤ ਕਰਦੇ ਆ ਤੇ ਸਾਨੂੰ ਉਹਦਾ ਫਲ ਵੀ ਜ਼ਰੂਰ ਮਿਲੇਗਾ ਜੋਦ ਅਸੀਂ ਜਦੋਂ ਮੈਂ ਇੰਟਰਵਿਊ ਕਰੀਦੀ ਆ ਹਨਾ ਤਾਂ ਜਿਹੜਾ ਗਾਉਣ ਵਾਲਾ ਵਰਗ ਹੁੰਦਾ ਉਹ ਹਮੇਸ਼ਾ ਜਿਹੜੇ ਸਾਡੇ ਵਰਗੇ ਸੁਣਨ ਵਾਲਿਆਂ ਵਾਲਾ ਵਰਗ ਹੈ ਹਨ ਉਹ ਉਹਦੇ ਤੇ ਇਲਜ਼ਾਮ ਲਾ ਦਿੰਦਾ ਕਿ ਲੋਕ ਸ਼ਾਇਦ ਸੁਣਦੇ ਹੀ ਇਦਾਂ ਦਾ ਤਾਂ ਕਰਕੇ ਅਸੀਂ ਇਦਾਂ ਦੇ ਗੀਤ ਕੱਢਦੇ ਆ ਜੇ ਸੁਣਨ ਵਾਲਿਆਂ ਨੂੰ ਪੁੱਛੀਦਾ ਤੇ ਉਹ ਕਹਿੰਦੇ ਵੀ ਉਹ ਗਾਉਂਦੇ ਹੀ ਇਦਾਂ ਦਾ ਜੇ ਉਹ ਚੰਗਾ ਸੁਣਾਉਣ ਕੇ ਇਦਾਂ ਸੀ ਚੰਗਾ ਸੁਣ ਲਾਂਗੇ ਤੁਹਾਨੂੰ ਕੀ ਲੱਗਦਾ ਕਿ ਸੁਣਨ ਵਾਲਿਆਂ ਚ ਕਮੀ ਹੈ ਜਾਂ ਸੁਣਾਉਣ ਵਾਲਿਆਂ ਚ ਕਮੀ ਹੈ ਮਤਲਬ ਕਿੱਥੇ ਇੱਕ ਦੂਜੇ ਤੇ ਇਲਜ਼ਾਮ ਲੱਗ ਰਹੇ ਆ ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਕੀ ਵਿਚਾਰ ਹੈ ਇਸ ਬਾਰੇ ਸਾਚੀ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਮਜੀ ਟੈਲੀਕਾਸਟ ਐਮਜੀ ਟੈਲੀਕਾਸਟ ਦੇਖ ਰਹੇ ਹੋ तमाम ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨਕੀ ਮਰਜਿੰਦਰ ਕਮਾਨ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਦੋਸਤੋ ਇੱਕ ਵਾਰ ਤੋਂ ਫਿਰ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸੁਪਨਿਆਂ ਦੀ ਪ੍ਰਵਾਸ ਜਿਵੇਂ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ذریعے ਅਸੀਂ ਉਹਨਾਂ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਦੇ ਹਾਂ ਜਿਨ੍ਹਾਂ ਸ਼ਖਸੀਅਤਾਂ ਦੇ ਅੰਦਰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਹਿੰਮਤ ਹੁੰਦੀ ਹੈ ਤੇ ਉੱਚੀਆਂ ਪ੍ਰਵਾਜ਼ਾਂ ਭਰਦੇ ਨੇ ਸੋ ਦੋਸਤੋ ਸਾਡੇ ਨਾਲ ਅੱਜ ਇਸੇ ਹੀ ਤਰ੍ਹਾਂ ਦੀ ਇੱਕ ਸ਼ਖਸ਼ੀਤ ਮੌਜੂਦ ਹੈ ਜੋ ਸੰਗੀਤ ਜਗਤ ਦੇ ਨਾਲ ਤਾਲੁਕਤ ਰੱਖਦੀ ਹੈ ਜਿਨ੍ਹਾਂ ਨੇ ਪ੍ਰੋਫ ਪੰਜ ਤੋਂ ਛੇ ਟਰੈਕ ਵੀ ਮਾਰਕੀਟ ਦੇ ਵਿੱਚ ਕੀਤੇ ਆ ਤੇ ਆਪਣੇ ਸੁਪਨਿਆਂ ਨੂੰ پرواز ਵੀ ਦਿੱਤੀ ਹੈ ਇਹੋ ਜੀ ਸਿੱਖੀ ਹੋਈ ਕਲਾਕਾਰ ਸਾਡੇ ਨਾਲ ਹੈ ਜਿਹੜੀ ਕਈ ਸਾਰੇ ਇਨਸਟਰੂਮੈਂਟ ਨੂੰ ਖੁਦ ਪਲੇ ਕਰਕੇ ਵਜਾਉਣ ਦਾ ਦਮ ਰੱਖਦੀ ਹੈ ਨਾ ਕਿ ਅੱਜ ਦੇ ਮਸ਼ੀਨੀ ਆ ਮਿਊਜ਼ਿਕ ਦੇ ਵਿੱਚ ਜਾਂ ਆਟੋ ਟਿਊਨਰ ਵਾਲੇ ਮਿਊਜ਼ਿਕ ਦੇ ਵਿੱਚ ਉਹਨੂੰ ਸ਼ਾਇਦ ਬਿਲਕੁਲ ਵੀ ਇਹ ਚੰਗਾ ਨਹੀਂ ਲੱਗਦਾ ਹੋਊਗਾ ਕਿਉਂਕਿ ਜਿਹੜਾ ਇਨਸਾਨ ਖੁਦ ਪਲੇ ਕਰ ਸਕਦਾ ਉਹ ਸਿੱਖਿਆ ਹੋਇਆ ਕਲਾਕਾਰ ਹੈ ਉਹ ਅੱਜ ਦੇ ਟਾਈਮ ਦੇ ਵਿੱਚ ਬਹੁਤ ਹੀ ਘੱਟ ਦੇਖਣ ਨੂੰ ਮਿਲਦੇ ਨੇ ਜੇ ਉਹਨਾਂ ਦੀ ਆਵਾਜ਼ ਦੀ ਗੱਲ ਕਰੀਏ ਤਾਂ ਵੱਡੇ ਵੱਡੇ ਨਾਮਵਰ ਗੀਂਗਰਾਂ ਨੂੰ ਚੋਟ ਪੰਚਾਉਂਦੀ ਆ ਉਹਦੀ ਆਵਾਜ਼ ਮੈਂ ਜਿਆਦਾ ਸਮਾਂ ਨਾ ਲੈਂਦਿਆਂ ਹੋਇਆਂ ਉਹਨਾਂ ਦਾ ਸਵਾਗਤ ਕਰਦਾ ਹਾਂ ਐਮ ਜੀ ਟੈਲੀਕਾਸਟ ਚੈਨਲ ਦੇ ਵਿੱਚ ਜੋਤ ਹਰਫ ਉਹਨਾਂ ਦਾ ਨਾਮ ਹੈ ਜੀ ਸਾਡੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੋਤ ਹਰਫ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਐਮ ਜੀ ਟੈਲੀਕਾਸਟ ਚੈਨਲ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਤੇ ਐਮ ਜੀ ਟੈਲੀਕਾਸਟ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਮਨਜਿੰਦਰ ਸਿੰਘ ਕੁਮਾਰ ਹੋਣਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਉਹਨਾਂ ਦੇ ਇੱਕ ਉਪਰਾਲੇ ਸਦਕਾ ਅਸੀਂ ਅੱਜ ਇੰਟਰਵਿਊ ਲਈ ਇੱਥੇ ਆਏ ਆਂ ਤੇ ਬਹੁਤ ਵਧੀਆ ਲ ਇਹਨਾਂ ਨਾਲ ਮਿਲ ਕੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਅਸਲ ਤੁਹਾਡਾ ਵੀ ਸਮਾਂ ਬਹੁਤ ਕੀਮਤੀ ਸੀ ਤਾਂ ਜੋ ਮੈਂ ਚਾਹੂੰਗਾ ਕਿ ਆਪਣੀ ਜਿਹੜੀ ਵੀ ਗੁਫ਼ਤਗੂ ਹੋਊਗੀ ਹਨਾ ਤਾਂ ਉਹਦੀ ਗੁਫ਼ਤਗੂ ਦੀ ਸ਼ੁਰੂਆਤ ਆਰੰਭਣ ਤੋਂ ਪਹਿਲਾਂ ਜੇ ਕਿਸੇ ਗੀਤ ਦੇ ਨਾਲ ਸ਼ੁਰੂਆਤ ਕੀਤੀ ਜਾਵੇ ਆਪਣੀ ਇੰਟਰਵਿਊ ਦੀ ਤਾਂ ਮੇਰੇ ਖਿਆਲ ਚ ਬਹੁਤ ਹੀ ਵਧੀਆ ਹੋਊਗਾ ਜੀ ਜਰੂਰ ਮੈਂ ਦਰਸ਼ਕਾਂ ਦੇ ਸਾਹਮਣੇ ਕੁਝ अपना जो कलीदा मेरा मन सी पहला मैं कली रंजे दी कली जेडी ओ दर्शका दे सामने एक ਟੱਡ ਦੇ ਨਾਲ ਤੇ ਸਰੰਗੀ ਦੇ ਇੱਕ ਤਾਲ ਮੇਲ ਦੇ ਨਾਲ ਮੈਂ ਰੱਖਣ ਦਾ ਯਤਨ ਕਰਦਾ ਹਾਂ ਬਹੁਤ ਅੱਛੇ ਜੀ ਰਮਣੀ ਦੇ ਲੈਣੇ ਲੇਖ ਲਿਖ ਤੇ ਰਾਂਝੇ ਪੰਛ ਦੇ ਵੱਲੇ ਘਰ ਵਿੱਚੋਂ ਕੱਢਿਆ ਰਾਂਝਾ ਉਹ ਰਾਂਝੇ ਦੇ ਪਾਈਆਂ ਨੇ ਘਰ ਵਿੱਚੋਂ ਕੱਢਿਆ ਰਾਂਝਾ ਉਹ ਰਾਂਝੇ ਦੇ ਭਾਈਆਂ ਨੇ ਕੰਡਿਆ ਰਾਂਝਾ ਉਹ ਰਾਂਝੇ ਦੇ ਪਾਈਆਂ ਨੇ ਚਾਰੇ ਚਾੜੇ ਜੱਟ ਨੇ ਉਹ ਰਦੇ ਪੱਲੇ ਸੋਹਣ ਜੱਟੀਏ ਸੋਹਣ ਜੱਟੀਏ ਸੋਹਣ ਜੱਟੀਏ ਨੀ ਹੀਰ ਪਲਟੀਏ ਪਾਣੀ ਪੀਵੰਦੀ ਗਊ ਨਾ ਡੱਕੀਏ ਕਿਸੇ ਦੀ ਆਈ ਕੌਣ ਮਰਦਾ ਕਿਸੇ ਦੀ ਆਈ ਕੌਣ ਮਰਦਾ ਪਹਿਲਾਂ ਆਪਣੀ ਕੁਲੀ ਨੂੰ ਅਗਲਾ ਲਈਏ ਜੱਟ ਪੱਟ ਤਾ ਬਈ ਪੱਟ ਤਾ ਹਜ਼ਾਰੇ ਦਾ ਹਾਂ ਜੀਵਾ ਕੀ ਬਾਤ ਹੈ ਮੈਂ ਨਾ ਮਹਿਸੂਸ ਕਰ ਸਕਦਾ ਕਿ ਜਿਹੜੇ ਐਮਜੀ ਟੈਲੀਕਾਸਟ ਦੇ ਦਰਸ਼ਕ ਦੇਖ ਰਹੇ ਹੋਣਗੇ ਉਹਨਾਂ ਨੇ ਵੀ ਇਸੇ ਹੀ ਤਰ੍ਹਾਂ ਇਹਨੂੰ ਮਾਣਿਆ ਹੋਊਗਾ ਮੈਂ ਕੋਲ ਬੈਠਿਆ ਰੌਂਗਟੇ ਖੜੇ ਕਰਤੇ ਕੁੜੀ ਦੀ ਇੰਨੀ ਬੁਲੰਦ ਆਵਾਜ਼ ਆ ਬਹੁਤ ਬਹੁਤ ਖੂਬਸੂਰਤ ਆਵਾਜ਼ ਹੈ ਤੁਹਾਡੀ ਜੋ ਸਭ ਤੋਂ ਪਹਿਲਾਂ ਮੇਰੇ ਜ਼ਿਹਨ ਚ ਇੱਕ ਪ੍ਰਸ਼ਨ ਉੱਭ ਜੀ ਜਾਂਦਾ ਜੀ ਕਿ ਜੋਤ ਇੱਕ ਅਲੱਗ ਨਾਮ ਹੈ ਹਨਾ ਤੇ ਹਰਫ ਇੱਕ ਅਲੱਗ ਨਾਮ ਹੈ ਤਾਂ ਜੋਤ ਹਰਫ ਦਾ ਜੋ ਸੁਮੇਲ ਹੈ ਇਹ ਕਿੱਦਾਂ ਮਤਲਬ ਕਿਸੇ ਨੇ ਰੱਖਿਆ ਜਾਂ ਕਿੱਦਾਂ ਇਹ ਨਾਮ ਪੈ ਗਿਆ ਤੁਹਾਡਾ ਬਹੁਤ ਸੋਹਣਾ ਇਹਨਾਂ ਨੇ ਸਵਾਲ ਕੀਤਾ ਨਾਮ ਦਾ ਤੇ ਮੈਂ ਇਹ ਜ਼ਰੂਰ ਦਰਸ਼ਕਾਂ ਨੂੰ ਦੱਸਣਾ ਚਾਹੂੰਗੀ ਅ ਇਦਾਂ ਸਟੂਡੀਓ ਦੇ ਵਿੱਚ ਪਿਛਲੇ ਸਾਲ ਇੱਕ ਮੇਰਾ ਗਾਣਾ ਨਬਜ਼ਾਇਆ ਤੇ ਉਸ ਟਾਈਮ ਮੈਂ ਸਟੂਡੀਓ ਦੇ ਵਿੱਚ ਸੀ ਤੇ ਮੈਨੂੰ ਇਹ ਕਨਫਿਊਜ਼ਨ ਸੀਗੀ ਮੈਂ ਆਪਣਾ ਨਾਮ ਜਤਿੰਦਰ ਕੌਰ ਆ ਮੇਰਾ ਨਾਮ ਪੂਰਾ ਤੇ ਇੰਡਸਟਰੀ ਦੇ ਵਿੱਚ ਤੁਹਾਨੂੰ ਪਤਾ ਅੱਜਕੱਲ ਨਾਮ ਬਹੁਤ ਸ਼ੋਰਟ ਨੇਮ ਚੱਲਦੇ ਪਏ ਆ ਜਿਦਾ ਆਰ ਨੇਦ ਕੌਰ ਵੀ ਇਦਾਂ ਬਹੁਤ ਸ਼ੋਰਟ ਨੇਮ ਚੱਲਦੇ ਪਏ ਮੈਂ ਸੋਚਿਆ ਕਿ ਮੈਂ ਆਪਣਾ ਨਾਮ ਕੀ ਰੱਖਾਂ ਤੇ ਮੈਨੂੰ ਜਿਹਦਾ ਜੋਤ ਮੇਰਾ ਨਾਮ ਪਹਿਲਾਂ ਹੀ ਸੀ ਤੇ ਮੈਂ ਉਹਦੇ ਪਿੱਛੇ ਇੱਕ ਅਲੱਗ ਜਿਹਾ ਨਾਮ ਜਿਹੜਾ ਇੱਕ ਅਲੱਗ ਹੀ ਦਿਸੇ ਸਾਰਿਆਂ ਵਿੱਚ ਤੇ ਉਹ ਫਿਰ ਮੈਂ ਹਰਫ ਲਾਇਆ ਹਰਫ ਦਾ ਮਤਲਬ ਲਫਜ ﺍﻟफज ਤੁਸੀਂ ਸਮਝਦੇ ਹੋ ਤੇ ਇਸ ਲਈ ਮੈਂ ਆਪਣਾ ਨਾਮ ਹਰਫ ਰੱਖ ਲਿਆ ਜੋਤ ਹਰਫ ਜੀ ਦਰਅਸਲ ਤੁਹਾਡੀ ਗਾਇਕੀ ਦੇ ਵਾਂਗ ਤੁਹਾਡਾ ਨਾਮ ਵੀ ਖੂਬਸੂਰਤ ਸੀ ਸੋ ਮੈਂ ਪੁੱਛਣਾ ਮناسب ਸਮਝਿਆ ਹਨ ਤਾਂ ਜੋਤ ਗਾਇਕੀ ਦੀ ਸ਼ੁਰੂਆਤ ਕਿੱਦਾਂ ਹੋਈ ਹਨ ਕਿੱਦਾਂ ਤੁਹਾਡੇ ਰੂਹ ਨੂੰ ਸੰਕੇਤ ਮਿਲੇ ਕਿ ਮੇਰੇ ਵੀ ਅੰਦਰ ਜਿਹੜੀ ਰੂਹ ਹੈ ਉਹ ਸੰਗੀਤ ਦੇ ਨਾਲ ਭਿੱਜਣਾ ਚਾਹੁੰਦੀ ਹੈ ਹੈਨਾ ਜਾਂ ਕਦੋਂ ਇਹ ਸੰਘਰਸ਼ ਕਿਦਾਂ ਰਿਹਾ ਤੁਹਾਡਾ ਗਾਇਕੀ ਦਾ ਸ਼ੁਰੂਆਤ ਕਿਦਾਂ ਹੋਈ ਹਾਂਜੀ ਸ਼ੁਰੂਆਤ ਇਦਾਂ ਹੋਈ ਜੀ ਮੇਰੇ ਘਰ ਤੋਂ ਮਾਹੌਲ ਹੀ ਸ਼ੁਰੂ ਤੋਂ ਹੀ ਸ਼ੁਰੂਆਤੀ ਮਾਹੌਲ ਜਿਹੜਾ ਰਿਹਾ ਉਹ ਇੱਕ ਸੰਗੀਤਕ ਪਰਿਵਾਰ ਵਿੱਚੋਂ ਮੈਂ ਆ ਜੀ ਮੇਰੇ ਫਾਦਰ ਸਾਹਿਬ ਸਰੰਗੀ ਟੱਡ ਲੈਕਚਰ ਹਰ ਇੱਕ ਸਾਜ ਇਨਸਟਰੂਮੈਂਟ ਨੂੰ ਵਜਾਉਂਦੇ ਸੀ ਤੇ ਮੇਰੇ ਮਨ ਵਿੱਚ ਇੱਕ ਬਹੁਤ ਚਾਹ ਸੀ ਕਿ ਮੈਂ ਵੀ ਅੱਗੇ ਵਧਾਂ ਕੁਝ ਕਰਾਂ ਆਪਣੇ ਪੇਰੈਂਟਸ ਲਈ ਤੇ ਇਹਦੇ ਲਈ ਮੈਂ ਫਿਰ ਇਦਾਂ ਦੇਖਣਾ ਜਦੋਂ ਫਾਦਰ ਸਾਹਿਬ ਇਹਦਾ ਬੱਚਿਆਂ ਨੂੰ ਸਿਖਾਉਂਦੇ ਸੀ ਤੇ ਮੇਰੇ ਮਨ ਚ ਚਾਹ ਸੀ ਮੈਂ ਕੁਝ ਕਰਾਂ ਤੇ ਮੈਂ ਫਿਰ ਪਾਪਾ ਤੋਂ ਇਹਦਾ ਸਿੱਖਣਾ ਸ਼ੁਰੂ ਕੀਤਾ ਤੇ ਮੈਂ ਇਹ ਵੀ ਦਰਸ਼ਕਾਂ ਨੂੰ ਦੱਸਣਾ ਚਾਹੁੰਨੀ ਕਿ ਮੈਂ ਬਹੁਤ ਘੱਟ ਸਮੇਂ ਵਿੱਚ ਟੱਡ ਇਹਨੂੰ ਬੋਲਦੇ ਆ ਤੇ ਮੈਂ 15 ਦਿਨ ਵਿੱਚ ਇਹਨੂੰ ਸਿੱਖ ਲਿਆ ਪੂਰਾ ਤੇ ਫਾਦਰ ਸਾਹਿਬ ਹੋਣਾ ਤੁਸੀਂ ਮੈਂ ਸਿੱਖੀ ਤੇ ਮੈਨੂੰ ਘਰ ਤੋਂ ਹੀ ਮਾਹੌਲੇ ਮਿਲਿਆ ਮੈਂ ਦਰਸ਼ਕਾਂ ਨੂੰ ਇਹ ਵੀ ਦੱਸ ਦੇਣਾ ਚਾਹਣਾ ਕਿ ਇਹ ਬਹੁਤ ਹੀ ਘੱਟ ਸਮੇਂ ਦੇ ਵਿੱਚ ਸਿੱਖਿਆ ਗਿਆ ਸਾਜ਼ ਆ ਜੋਧ ਹਰਫ ਦੁਆਰਾ ਤੇ ਇਹਦੇ 골ਡ ਮੈਡਲਿਸ ਵੀ ਨੇ ਜੀ ਬਿਲਕੁਲ ਜੇ ਮੈਂ ਗਲਤ ਨਾ ਹੋਵਾਂ ਤਾਂ ਹਨਾ ਜੀ 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 ਉਹ ਵੀ ਇਦਾਂ ਮੈਂ ਤੁਹਾਡੇ ਨਾਲ ਇਹ ਵੀ ਸਾਂਝਾ ਕਰਨਾ ਚਾਹੁੰਦੀ ਆ ਕਿ ਅ ਅੱਜ ਜਿਹਦਾ ਅੱਜ ਦੇ ਮਾਹੌਲ ਦੇ ਵਿੱਚ ਤੁਹਾਨੂੰ ਬਹੁਤ ਘੱਟ ਲੋਕ ਮਿਲਣਗੇ ਜਿਹੜੇ ਇਸ ਚੀਜ਼ ਨੂੰ ਪਲੇ ਕਰਦੇ ਕਿਉਂਕਿ ਸਾਡੇ ਵਿਰਸੇ ਨਾਲ ਜੁੜੀਆਂ ਹੋਈਆਂ ہیں ਚੀਜ਼ਾਂ ਤੇ ਅੱਜ ਤੁਸੀਂ ਦੇਖ ਲਓ ਗਿਟਾਰ ਹੋ ਗਈ ਇਦਾਂ ਦੇ ਇਨਸਟਰੂਮੈਂਟ ਵੈਸਟਰਨ ਜਿਹੜੇ ਆ ਉਹ ਬੱਚੇ ਜ਼ਿਆਦਾ ਉਹ ਉਸ ਵੱਲ ਵੱਧ ਰਹੇ ਹਾਲਾਂਕਿ ਅਲੰਗੋਜੇ ਤੂੰਬੀ ਇਹਨਾਂ ਚੀਜ਼ਾਂ ਤੋਂ ਲੋਕ ਭੱਜ ਰਹੇ ਨੇ ਤੇ ਮੈਂ ਇਦਾਂ ਸੋਚਿਆ ਕਿ ਮੈਂ ਇਹਨੂੰ ਵਜਾਵਾਂ ਮੇਰੇ ਮਨ 'ਚ ਚਾਹ ਸੀ ਮੈਂ ਇਹਦੇ ਨਾਲ ਹੋਰ ਵੀ ਦਰਸ਼ਕਾਂ ਨੂੰ ਦੱਸਣਾ ਚਾਹੁੰਗੀ ਮੈਂ ਸਰੰਗੀ ਵੀ ਵਜਾਣੀ ਆ ਤਾਂ ਉਹ ਵੀ ਮੈਂ ਇਸ ਤੋਂ ਇਲਾਵਾ ਤੁਸੀਂ ਮੈਨੂੰ ਦੱਸ ਹੀ ਦੋ ਕਿ ਤੁਸੀਂ ਹੋਰ ਕਿੰਨੇ ਸਾਜ਼ ਵਜਾ ਲਏ ਨੇ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਕੋਈ ਨਹੀਂ ਆਉਂਦਾ ਹੋਊਗਾ ਜੀ ਮੈਂ ਦਾ ਇਹ ਤੋਂ ਸ਼ੁਰੂਆਤ ਕੀਤੀ ਫਿਰ ਮੈਂ ਕੰਪੀਟੀਸ਼ਨ ਦੇ ਵਿੱਚ ਮੈਂ ਫਾਸਟ ਪ੍ਰਾਈਜ਼ ਜਿਹੜਾ ਉਹ ਟੱਡ ਦਾ ਤਿਰਕਟਾਂ ਦੇ ਨਾਲ ਹਾਸਲ ਕੀਤਾ ਤਾਂ ਮੈਨੂੰ ਉਹਨਾਂ ਨੇ ਇੱਕ ਇੱਕ 골ਡ ਮੈਡਲ ਨਾਲ ਸਨਮਾਨਿਤ ਕੀਤਾ ਉਸ ਤੋਂ ਇਲਾਵਾ ਕੁਮਾਨ ਸਾਹਿਬ ਮੈਂ ਦਾ ਸਰੰਗੀ ਤੂੰ ਵੀ ਨਾਲ ਹਰਮੋਨੀਅਮ ਤੇ ਹੁਣ ਜਿਹੜੀ ਮੈਂ ਸਿੱਖਿਆ ਲੈ ਰਹੀ ਆ ਉਹ ਸਤਾਰ ਦੀ ਗੁਰਨਾਨਕ ਕਾਲਜ ਤੋਂ ਲੈ ਰਹੀ ਆ ਜੀ ਵਾਜੂਗਾ ਬਹੁਤ ਅੱਛੇ ਮੈਨੂੰ ਖੁਸ਼ੀ ਹੋਈ ਕਿ ਬਹੁਤ ਘੱਟ ਸਿੱਖੇ ਹੋਏ ਕਲਾਕਾਰ ਹੁੰਦੇ ਨੇ ਵਰਨਾ ਲੋਕ ਸਿੰਗਰ ਬਣਨ ਤੋਂ ਬਾਅਦ ਵਿੱਚ ਸਿੱਖਣ ਦੀ ਤਾਂਗ ਦੇ ਵਿੱਚ ਰਹਿੰਦੇ ਨੇ ਹਨਾ ਤਾਂ ਜੇ ਇਹੋ ਜਿਹੇ ਸਿੱਖੇ ਹੋਏ ਕਲਾਕਾਰ ਇੰਡਸਟਰੀ ਦੇ ਵਿੱਚ ਓਨਲੀ ਤਿਆਰ ਬੈਠੇ ਆ ਜਾਂ ਆ ਚੁੱਕੇ ਆ ਤਾਂ ਮੈਨੂੰ ਲੱਗਦਾ ਕਿ ਜਿਹੜੀ ਆਉਣ ਵਾਲੇ ਸਮੇਂ ਦੀ ਜਿਹੜੀ ਗਾਇਕੀ ਆ ਉਹ ਕੋਈ ਬਹੁਤੀ ਗੰਦਲੀ ਨਹੀਂ ਹੋਊਗੀ ਸ਼ਾਇਦ ਉਹਦਾ ਭਵਿੱਖ ਸਨੇਹਰਾ ਕਰਨ ਦੇ ਲਈ ਵਾਡੇ ਵਰਗੇ ਜਿਹੜੇ ਬੱਚੇ ਉਹ ਤਿਆਰ ਬੈਠੇ ਨੇ ਹਨ ਜੋ ਤੁਸੀਂ ਆਪਣੇ ਪ੍ਰੋਫੈਸ਼ਨਲ ਲਾਈਫ ਦੇ ਬਾਰੇ ਵੀ ਜ਼ਿਕਰ ਕੀਤਾ ਕਿ 5 ਤੋਂ 6 ਟਰੈਕ ਤੁਹਾਡੇ ਆ ਚੁੱਕੇ ਹਨ ਅ ਕਿਦਾਂ ਦੇ ਗੀਤ ਸੀ ਕਿਹੜੇ-ਕਿਹੜੇ ਗੀਤ ਸੀ ਜੀ ਪਹਿਲਾ ਗਾਣਾ ਮੈਂ ਨਵਜ ਕੀਤਾ ਸੀ ਉਹ ਇੱਕ ਰੋਮਾਂਟਿਕ ਸੈਡ Song ਸੀਗਾ ਤੇ ਉਸ ਤੋਂ ਬਾਅਦ ਮੈਂ ਦੁਇਟ ਕੀਤਾ ਗੀਤਾਂ ਦਾ ਰਾਂਝਾ ਜੀ ਉਹਦੇ ਨਾਲ ਹੀ ਵੈਲੀਆਂ ਦੀ ਧੀ ਤੇ ਉਸ ਤੋਂ ਬਾਅਦ ਹੁਣ ਧਾਰਮਿਕ ਟਰੈਕ ਇੱਕ ਨਵਾਂ ਆਇਆ ਜੀ ਚਾਰ ਸਾਬ ਜਾ ਦੇ ਜੀ ਜੀ ਬਹੁਤ ਅੱਛੇ ਮੈਂ ਚਾਹਾਂਗਾ ਕਿ ਜਿੱਦਾਂ ਤੁਸੀਂ ਰੋਮਾਂਟਿਕ ਸਾਈਡ ਦਾ ਜ਼ਿਕਰ ਕੀਤਾ ਸੀ ਜੇ ਕਿਤੇ ਉਹਦੀਆਂ ਦੋ ਲਾਈਨਾਂ ਸਾਡੇ ਨਾਲ ਰੂਬਰੂ ਕਰ ਦੋ ਨਬਜ਼ ਗੀਤ ਦੀਆਂ ਤਾਂ ਬਹੁਤ ਵਧੀਆ ਹੋਊਗਾ ਮੈਂ ਸੁਣਿਆ ਸੀ ਬਹੁਤ ਖੂਬਸੂਰਤ ਗੀਤ ਸੀ ਉਹ ਜੀ ਮੈਂ ਜ਼ਰੂਰ ਉਹ ਦਰਸ਼ਕਾਂ ਦੇ ਸਾਹਮਣੇ ਰੱਖਣਾ ਚਾਹੂੰਗੀ ਮੈਨੂੰ ਟਾਈਮ ਪਾਸ ਲਈ ਚੋਣ ਆਏ ਨਾ ਲੋਕਾਂ ਵਿੱਚ અપਨਾਉਣਾ ਏ ਮੰਨਿਆ ਅੰਗਰੇਜ਼ ਤੂੰ ਸ਼ਾਇਰੀ ਪਰ ਸੱਚ ਅੱਖਾਂ ਤੂੰ ਕਾਇਰੇ ਮੈਨੂੰ ਟਾਈਮ ਪਾਸ ਲਈ ਚੋਨਾ ਏ ਨਾ ਲੋਕਾਂ ਵਿੱਚ અપਨਾਉਣਾ ਏ ਮੰਨਿਆ ਅੰਗਰੇਜ਼ ਤੂੰ ਸ਼ਾਇਰੀ ਪਰ ਸੱਚ ਅੱਖਾਂ ਤੂੰ ਕਾਇਰੇ ਕਿਸ ਹੋਰ ਦੇ ਅੱਖ ਵਿੱਚ ਵੇਖਾਂ ਏਸ ਰੂਰ ਨਾ ਹੋਵੇ ਦਿਲ ਮੇਰਾ ਵੀ ਤੋੜੀ ਨਾ ਤੇ ਖੁਦ ਵੀ ਚੂਰ ਨਾ ਹੋਵੀਂ ਤੇਰੇ ਨਾਲ ਚੱਲਦੇ ਮੇਰੇ ਸਾ ਕਿਤੇ ਤੂੰ ਦੂਰ ਨਾ ਹੋਵੀਂ ਦਿਲ ਮੇਰਾ ਵੀ ਤੋੜੀ ਨਾ ਤੇ ਖੁਦ ਵੀ ਚੂਰ ਨਾ ਹੋਵੀਂ ਜੀ ਵਾਹ ਜੀ ਵਾਹ ਬਹੁਤ ਅੱਛੀ ਬਹੁਤ ਖੂਬਸੂਰਤ ਗੀਤ ਸੀ ਤੁਹਾਡੀ ਆਵਾਜ਼ ਦੀ ਤਰ੍ਹਾਂ ਗੀਤ ਵੀ ਤੇ ਲਫ਼ਜ਼ ਵੀ ਖੂਬਸੂਰਤ ਸੀ ਤਾਂ ਜੋਤ ਗੱਲ ਕਰਦਾ ਮੈਂ ਆਪਣੀ ਤੁਹਾਡੀ ਐਜੂਕੇਸ਼ਨ ਦੀ ਹੈ ਨਾ ਤੁਸੀਂ ਪੜ ਰਹੇ ਹੋ ਪੜ ਚੁੱਕੇ ਹੋ ਜਾਂ ਮਤਲਬ ਥੋੜਾ ਜਿਹਾ ਜ਼ਰੂਰ ਦੱਸੋ ਇਹਦੇ ਬਾਰੇ ਜੀ ਇਹਦਾ ਮੈਂ ਪਲੱਸ 2 ਦੇਵ ਸਮਾਜ ਕਾਲਜ ਤੋਂ ਪਲੱਸ 1 ਪਲੱਸ 2 ਕੀਤੀ ਜੀ ਤੇ ਉਸ ਤੋਂ ਬਾਅਦ ਮੈਨੂੰ ਖਾਲਸਾ ਕਾਲਜ ਜਾਣ ਦਾ ਮੌਕਾ ਮਿਲਿਆ ਜੀ ਉਥੇ ਜਿੱਦਾਂ ਮੈਂ ਮੇਰੀ ਫਸਟイヤー ਕਲੀਅਰ ਹੋਈ ਫਿਰ ਮੈਂ ਇਸ ਤੋਂ ਅੱਗੇ ਗੁਰੂ ਨਾਨਕ ਕਾਲਜ ਫੋਰ ਗਰਲਸ ਕਿਉਂਕਿ ਸਰਸਾਏ ਵਿੱਚ ਇੱਥੇ ਮੇਰੀ ਸਟੱਡੀ ਇਸ ਟਾਈਮ ਚੱਲ ਰਹੀ ਆ ਤੇ ਮੈਂ ਕਾਲਜ ਵਾਲਿਆਂ ਦਾ ਵੀ ਬਹੁਤ ਧੰਨਵਾਦ ਕਰਦੀ ਆ ਕਿ ਇਹਦਾ ਉਹਨਾਂ ਨੇ ਮੈਨੂੰ ਦੇਖਿਆ ਕਿ ਇਹ ਲੜਕੀ ਗਾਉਂਦੀ ਆ ਇਹ ਇਨਸਟਰੂਮੈਂਟ ਪਲੇ ਕਰਦੀ ਆ ਤਾਂ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਪ੍ਰਿੰਸੀਪਲ ਮੈਮ ਤੇਜਿੰਦਰ ਕੌਰ ਢਾਲੀਵਾਲ ਉਹਨਾਂ ਨੇ ਬਹੁਤ ਹੈਲਪ ਕੀਤੀ ਪ੍ਰੋਫੈਸਰ ਹਰਜੀਤ ਕੌਰ ਮੈਡਮ ਉਹਨਾਂ ਨੇ ਵੀ ਬਹੁਤ ਹੈਲਪ ਕੀਤੀ ਹੁਣ ਵੀ ਬਕਾਇਦਾ ਮੇਰੀ ਸਟੱਡੀ ਫ੍ਰੀ ਆ ਮੇਰਾ ਹੋਸਟਲ ਦਾ ਰੈਂਟ ਸੈਂ ਜੋ ਵੀ ਆ ਮੈਨੂੰ ਇੱਥੋਂ ਤੱਕ ਵੀ ਕਿ ਮੈਨੂੰ ਖਰਚਾ ਵੀ ਦਿੰਦੇ ਆ ਬਸ ਇੱਕ ਦਾ ਕਿਰਾਇਆ ਵਗੈਰਾ ਵੀ ਜੀ ਬਹੁਤ ਅੱਛੇ ਬਹੁਤ ਚੰਗੀ ਗੱਲ ਆਏ ਤਾਂ ਮੈਂ ਚਾਹੂੰਗਾ ਕਿ ਤੁਹਾਨੂੰ ਸ਼ਾਇਦ ਉਸ ਸਟੇਜ ਕੋਈ ਆਪਣੀ ਯਾਦ ਹੋਊਗੀ ਜਿਹੜੀ ਤੁਸੀਂ ਲਾਈਫ ਦੇ ਵਿੱਚ ਪਹਿਲੀ ਵਾਰ ਇਸ ਸਟੇਜ ਤੇ ਚੜ ਕੇ ਪਰਫਾਰਮ ਕੀਤਾ ਸੀ ਜੀ ਮੈਂ ਉਦੋਂ 6 ਸਾਲ ਦੀ ਸੀ ਜਦੋਂ ਮੈਨੂੰ ਸਟੇਜ ਤੇ ਫਾਦਰ ਸਾਹਿਬ ਨੇ ਇਦਾਂ ਸਾਨੂੰ ਚੜਾਇਆ ਸਟੇਜ ਤੇ ਵੀ ਤੁਸੀਂ ਗਾਓ ਜੀ ਤਾਂ ਮੈਂ ਬਹੁਤ ਛੋਟੀ ਸੀ ਉਸ ਟਾਈਮ ਮੈਂ ਇੱਕ ਵਾਰ ਗਾਈ ਬਾਬਾ ਬੰਦਾ ਸਿੰਘ ਬਹਾਦਰ ਦੀ ਤੇ ਉਹਦੀਆਂ ਦੋ ਲਾਈਨਾਂ ਜੇ ਇਜਾਜ਼ਤ ਦੋ ਤੇ ਮੈਂ ਦਰਸ਼ਕਾਂ ਦੇ ਸਾਹਮਣੇ ਰੱਖਣ ਦਾ ਜਾਂਦ ਕਰੀ ਚਿੱਟੀ ਲੇਖਦਾ ਹੋ ਤੁਹ ਗੁਰੂ ਮੇਰੇ ਆ ਕਲਗੀ ਵਾਲਿਆ ਪੰਥ ਦੇ ਆ ਮਾਲਕਾ ਜੀਓ ਟਾਂ ਤੇਰੀਆਂ ਚਿੱਠੀ ਲਿਖਦਾ ਬੰਦਾ ਸਿੰਘ ਸੂਰਮਾ ਉਹ ਵਿੱਚ ਜੋਸ਼ ਤੇ ਕਰੀਚੇ ਦੰਦ ਬੰਦਾ ਲੋਹੇ ਦਾ ਸੁਹਾਗਾ ਬਣਿਆ ਰਿਆ ਬੰਦਾ ਲੋਹੇ ਦਾ ਸੁਹਾਗਾ ਬਣਿਆ ਰਿਆ ਉਹ ਤੇਰਾ ਢੋਣਾ ਜਿਨੇ ਸ਼ਹਿਰ ਸਰਹੰਦ ਛੋਟੇ ਲਾਲ ਤੁਚਨਾਏ ਵਿੱਚ ਨਿਹਾਉਂਦੇ ਇਸ ਟਾਈਮ ਮੈਂ ਵਾਰ ਸਟੇਜ ਤੇ ਪਰਫਾਰਮ ਕੀਤੀ ਉਦੋਂ ਮੈਂ 6 ਸਾਲ ਦੀ ਸੀ ਜੀ ਬਹੁਤ ਵਧੀਆ ਤਰੀਕਾ ਤੁਹਾਡਾ ਪੇਸ਼ ਕਰਨ ਦਾ ਤੇ ਅੰਦਾਜ਼ ਬੜਾ ਬਨੂਖਸੂਰਤ ਲੱਗਿਆ ਤਾਂ ਤੁਹਾਨੂੰ ਉਦੋਂ ਕੀ ਮਹਿਸੂਸ ਹੋਇਆ ਸੀ ਕਦੇ ਲੱਗਦਾ ਸੀ ਕਿ ਵੀ ਮਤਲਬ ਜੋਤ ਹਰਫ ਦੇਵੀ ਪੰਜ ਤੋਂ 6 ਟਰੈਕ ਆਉਣਗੇ ਹਨ ਜਾਂ ਵੀ ਮੈਂ ਵੱਡੀ ਹੋ ਕੇ ਐਜ਼ ਅ ਪ੍ਰੋਫੈਸ਼ਨਲ ਸਿੰਗਰ ਬਣ ਜੂਗੀ ਕਦੇ ਜ਼ਹਿਨ ਦੇ ਵਿੱਚ ਸੀ ਇਦਾਂ ਹਾਂਜੀ ਇਦਾਂ ਮੈਂ ਜਦੋਂ ਸਟਾਰਟਿੰਗ ਕੀਤੀ ਆਪਣੀ ਤੇ ਉਸ ਟਾਈਮ ਮੈਨੂੰ ਇਦਾਂ ਸੀ ਵੀ ਮੈਂ ਅੱਗੇ ਜਾ ਕੇ ਕੁਝ ਕਰੂੰਗੀ ਜੀ ਮੈਨੂੰ ਇਦਾਂ ਆਪਣੇ ਆਪ ਤੇ ਸੀਗਾ ਮੈਂ ਕੁਝ ਕਰੂੰਗੀ ਵੱਖਰਾ ਕਰੂੰਗੀ ਜੀ ਤਾਂ ਹੁਣ ਵੀ ਮੈਂ ਬਹੁਤ ਸਾਰੇ ਸਿੰਗਰਾਂ ਨੂੰ ਇਦਾਂ ਸੁਣਦੀ ਆ ਜਿਹਦਾ ਮੇਰੇ ਆਈਡਲ ਜਿਨ੍ਹਾਂ ਨੂੰ ਮੈਂ ਮੰਨਦੀ ਆ 우ਸਤਾਦ ਨੂਸਰਤ ਫਤਹਿ ਅਲੀ ਖਾਨ ਸਾਹਿਬ ਸ਼ੇਅਰੇ ਸ਼ੇਅਰੇ ਲਈ ਮੇਅਰ ਲਈ ਉਹਨਾਂ ਦੇ ਕਲਾਮ ਜਿਹੜੇ ਮੈਂ ਜੋਤੀ ਨੂਰਾ ਸੁਲਤਾਨਾ ਨੂਰਾ ਅਫਸਾਨਾ ਖਾਨੋਂ ਨਹੀਂ ਬਹੁਤ ਵਧੀਆ ਸਿੰਗਰ ਹੁਣ ਆਏ ਜੋ ਬਹੁਤ ਵਧੀਆ ਜੋ ਆਪਣੇ ਸੌਂਗ ਰੱਖਦੇ ਮੈਂ ਸ਼ੁਰੂ ਤੋਂ ਸ਼ੁਰੂਆਤ ਜਿਹੜੀ ਆ ਇਦਾਂ ਅੱਛੇ ਸਿੰਗਰਾਂ ਨੂੰ ਸੁਣਦੀ ਆ ਰਹੀ ਤੇ ਮੈਂ ਮੇਰੇ ਮਨ ਚ ਕਿਤੇ ਨਾ ਕਿਤੇ ਵੀ ਮੈਂ ਇਹਨਾਂ ਤਰ੍ਹਾਂ ਬਣਾ ਤੇ ਹੁਣ ਵੀ ਇਹ ਕੋਸ਼ਿਸ਼ ਆ ਕਿ ਮੈਂ ਅਫਸਾਨਾ ਹੋਣਾ ਤਰ੍ਹਾਂ ਜੋਤੀ ਹੋਣਾ ਤਰ੍ਹਾਂ ਮੈਂ ਆਪਣਾ ਜਿਹੜਾ ਨਾਮ ਆਪਣੇ ਮਾਤਾ ਪਿਤਾ ਦਾ ਉਹ ਅੱਗੇ ਚਮਕਾਵਾ ਜੀ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਖਾਨ ਫੈਮਲੀਆਂ ਦਾ ਨਾਮ ਲਿਆ ਹਨ ਤਾਂ ਉਹਨਾਂ ਨੂੰ ਸੁਣ ਵੀ ਉਹ ਲੋਕ ਸਕਦੇ ਆ ਜਿਨ੍ਹਾਂ ਨੂੰ ਸੁਣਨ ਦਾ ਵੱਲ ਹੈ ਹਨਾ ਤਾਂ ਕਾਫੀ ਖਾਨਾਂ ਦੀ ਗੱਲ ਕੀਤੀ ਜਿਨ੍ਹਾਂ ਚੋਂ ਅਫਸਾਨਾ ਖਾਨ ਆ ਜਿਹੜੀ ਉਹ ਅੱਜ ਦੇ ਦੌਰ ਦੀ ਗਾਇਕ ਹਨ ਤਾਂ ਮੈਂ ਚਾਹੁੰਗਾ ਕਿ ਨਾਲੇ ਤਾਂ ਅਫਸਾਨਾ ਦਾ ਕੋਈ ਗੀਤ ਸੁਣਾ ਦਿਓ ਨਾਲੇ ਕੋਈ ਅੱਜ ਦੇ ਦੌਰ ਦਾ ਵੀ ਗੀਤ ਆਪਣੇ ਨਾਲ ਸ਼ੇਅਰ ਹੋ ਜਾਊਗਾ ਹਾਂਜੀ ਮੈਂ ਦਰਸ਼ਕਾਂ ਦੇ ਨਾਲ ਜਰੂਰ ਅਫਸਾਨਾ ਖਾਨ ਜੀ ਹੋਣਾ ਦਾ ਜਿਹੜਾ ਬਾਜ਼ਾਰ ਗਾਣਾ ਕਾਫੀ ਫੇਮਸ ਆ ਉਹ ਮੈਂ ਦਰਸ਼ਕਾਂ ਦੇ ਨਾਲ ਕੁਝ ਲਾਈਨਾਂ ਰੱਖੂਗੀ ਕੀ ਮਿਲਿਆ ਮੈਨੂੰ ਰਵਾ ਕੇ ਕੀ ਮਿਲਿਆ ਮੈਨੂੰ ਗਵਾ ਕੇ ਪਸ਼ਤੋਨੀਆਂ ਮੈਂ ਜਾ ਕੇ ਤੇਰੇ ਨਾਲ ਮੁਹੱਬਤਾਂ ਪਾ ਕੇ ਕੀ ਮਿਲਿਆ ਮੈਨੂੰ ਰਵਾ ਕੇ ਕੀ ਮਿਲਿਆ ਮੈਨੂੰ ਗਵਾ ਕੇ ਪਸ਼ਤਾਨੀਆਂ ਮੈਂ ਜਾ ਕੇ ਤੇਰੇ ਨਾਲ ਮੁਹੱਬਤਾਂ ਪਾ ਕੇ ਤੂੰ ਮੈਨੂੰ ਵਰਤ ਕੇ ਸੁਟਿਆ ਉਹ ਦਿਲ ਬੇਗਾਨਾ ਕਿੱਥੇ ਆ ਜਿੱਥੇ ਜਾ ਕੇ ਤੂੰ ਵਿਕਿਆ ਉਹ ਬਾਜ਼ਾਰ ਕਿਥੇ ਆ ਮੇਰੇ ਜਜ਼ਬਾਤਾਂ ਦਾ ਹੋਇਆ ਦਸਵੇਂ ਵਪਾਰ ਕਿਥੇ ਆ ਵਾਜੀ ਵਾਹ ਬਹੁਤ ਅੱਛੇ ਵਾਕਿਆਈ ਤੁਹਾਡੀ ਜਿਹੜੀ ਆਵਾਜ਼ ਹੈ ਉਹ ਅੱਜ ਦੀ ਅੱਜ ਦੇ 뮤직 ਦੇ ਵਿੱਚ ਪੂਰੀ ਫਿੱਟ ਬੈਠਣ ਵਾਲੀ ਆਵਾਜ਼ ਹੈ ਨਾ ਪਤਾ ਨਹੀਂ ਕਿਸੇ ਦੀ ਨਿਗਾ ਕਿਉਂ ਨਹੀਂ ਪਈ ਤੁਹਾਡੇ ਤੇ ਜੋਤ ਮੈਂ ਪੁੱਛਣਾ ਚਾਹਾਂਗਾ ਕਿ ਤੁਹਾਡੀਆਂ ਮਿਊਜ਼ਿਕ ਦੇ ਵਿੱਚ ਹੋਰ ਕੀ ਪ੍ਰਾਪਤੀਆਂ ਨੇ ਹਾਂਜੀ ਇਦਾਂ ਪਹਿਲਾਂ ਮੈਂ ਦੇਵ ਸਮਾਜ ਕਾਲਜ ਦੇ ਵਿੱਚ ਜਦੋਂ ਸ਼ੁਰੂਆਤ ਕੀਤੀ ਮੈਨੂੰ ਉਸ ਟਾਈਮ ਪਤਾ ਨਹੀਂ ਸੀ ਕਿ ਫੈਸਟੀਵਲ ਕੀ ਹੁੰਦੇ ਆ ਤੇ ਇਦਾਂ ਫਿਰ ਮੈਂ ਜਦੋਂ ਪਲੱਸ 1 ਪਲੱਸ 2 ਦੇ ਵਿੱਚ ਉਹ ਉਹਨਾਂ ਨੇ ਮੈਨੂੰ ਇਦਾਂ ਅਪਰੋਚ ਕੀਤਾ ਤਾਂ ਫਿਰ ਮੈਂ ਫੋਕ オーਰਕੈਸਟਰਾ ਦੇ ਵਿੱਚ ਆਪਣੀ ਜਿਹੜੀ ਸਰੰਗੀ ਦੀ ਮੈਂ ਇੱਕ ਪੇਸ਼ਕਾਰੀ ਰੱਖੀ ਸੋਲੋ ਟੱਡ ਸਰੰਗੀ ਉਹਦੇ ਨਾਲ ਇੱਕ ਫੋਕ Song ਉਸ ਤੋਂ ਬਾਅਦ ਫਿਰ ਅੱਗੇ ਜਿੱਦਾਂ ਮੈਂ ਫਸਟイヤー ਕੀਤੀ ਮੈਂ ਖਾਲਸਾ ਕਾਲਜ ਗਈ ਉੱਥੇ ਮੈਂ ਯੂਨੀਵਰਸਿਟੀ ਦੇ ਵਿੱਚ ਮੈਨੂੰ ਪਰਫਾਰਮੈਂਸ ਦਾ ਮੌਕਾ ਮਿਲਿਆ ਤਾਂ ਮੈਂ ਉੱਥੇ ਵੀ ਸੇਮ ਇਹੀ ਆਪਣੀਆਂ ਆਈਟਮ ਜੋ ਸੀ ਮੈਂ ਆਪਣੀਆਂ ਰੱਖੀਆਂ ਉਸ ਤੋਂ ਬਾਅਦ ਫਿਰ ਗੁਰੂ ਨਾਨਕ ਕਾਲਜ ਆਏ ਤੇ ਦਰਾਹਾ ਕਾਲਜ ਬਾਦਲ ਕਾਲਜ ਯੂਨੀਵਰਸਿਟੀ ਤੇ ਕਈ ਥਾਵਾਂ ਤੇ ਮੈਨੂੰ ਸਿਖਾਉਣ ਦਾ ਵੀ ਐਜ਼ ਏ ਟੀਚਰ ਦਾ ਵੀ ਮੌਕਾ ਮਿਲਿਆ ਜਿੱਥੇ ਮੈਂ ਵਾਰ ਕਲੀ ਕਵੀ ਸ਼ਰੀਦੀ ਦੀ ਸਿੱਖਿਆ ਜਿਹੜੀ ਉਹ ਸਟੂਡੈਂਟ ਨੂੰ ਦਿੱਤੀ ਜੀ ਬਹੁਤ ਅੱਛੀ ਬੜੀ ਖੁਸ਼ੀ ਦੀ ਗੱਲ ਹੈ ਇਹ ਇਹਨਾਂ ਚੀਜ਼ਾਂ ਨਾਲ ਬਹੁਤ ਜ਼ਿਆਦਾ ਐਕਸਪੀਰੀਅੰਸ ਗੇਨ ਹੁੰਦਾ ਹੈ ਹਨ ਤੇ ਜਿਹੜੀ ਤੁਹਾਡੀ ਪ੍ਰੋਫੈਸ਼ਨਲ ਸਿੰਗਿੰਗ ਹੈ ਸ਼ਾਇਦ ਇਹ ਐਕਸਪੀਰੀਅੰਸ ਉੱਥੇ ਬਹੁਤ ਜ਼ਿਆਦਾ ਕੰਮ ਆਉਂਦਾ ਹੈ ਅੱਛਾ ਜੋਤ ਮੈਂ ਜਦੋਂ ਤੁਹਾਡੀ ਆਵਾਜ਼ ਸੁਣ ਰਿਹਾ ਸੀ ਤੁਹਾਡੀ ਆਵਾਜ਼ ਬਹੁਤ ਹੀ ਬੁਲੰਦ ਹੈ ਹਨ ਬਹੁਤ ਹੀ ਸੁਰੇਲੀ ਹੈ ਆਵਾਜ਼ ਕਾਸ਼ੀਸ਼ ਆਵਾਜ਼ ਦੇ ਵਿੱਚ ਰੌਂਗਟੇ ਖੜੇ ਕਰਨ ਵਾਲੀ ਆਵਾਜ਼ ਹੈ ਤਾਂ ਤੁਸੀਂ ਕਿਸੇ ਰੈਲਿਟੀ ਸ਼ੋਅ ਦੇ ਵਿੱਚ ਕਿਉਂ ਨਹੀਂ ਗਏ ਹਾਂਜੀ ਅੱਜ ਤੋਂ ਮੈਂ ਕੋਈ 3 ਸਾਲ ਦੀ ਪਹਿਲਾਂ ਦੀ ਗੱਲ ਆ ਮੈਨੂੰ ਇਦਾਂ ਇੰਡੀਅਨ ਆਈਡਲ ਦੇ ਵਿੱਚ ਮੌਕਾ ਮਿਲਿਆ ਜਾਂਦਾ ਤੇ ਮੈਂ ਫਿਰੋਜ਼ਪੁਰ ਤੋਂ ਅੰਮ੍ਰਿਤਸਰ ਉਤੋਂ ਫਿਰ ਮੈਂ ਇੱਕ ਬੱਸ ਫੜੀ ਮਾਰਨਿੰਗ ਟਾਈਮ ਐ ਬਹੁਤ ਖੱਜਲ ਖਰਾਬ ਹੋ ਕੇ ਮੈਂ ਉੱਥੇ ਆਡੀਸ਼ਨ ਦੇਣ ਲਈ ਚੰਡੀਗੜ੍ਹ ਪਹੁੰਚੀ ਤੇ ਮੈਂ ਜਦੋਂ ਜਾ ਕੇ ਉੱਥੇ ਦੇਖਿਆ ਕਿ ਉੱਥੇ ਬਹੁਤ ਪਾਰਸ਼ਲਟੀ ਹੁੰਦੀ ਸੀ ਕਿ ਤੁਸੀਂ ਇਦਾਂ ਪੈਸੇ ਲੈ ਕੇ ਆਇਓ ਕੈਸ਼ ਲੈ ਕੇ ਆਇਓ ਤੁਹਾਨੂੰ ਕਿਸ ਵਾਸਤੇ ਕੈਸ਼ ਤੇ ਰਾਉਂਡ ਜਿੱਦਾਂ ਆਪਾਂ ਫਸਟ ਰਾਉਂਡ ਕਲੀਅਰ ਕਰਦੇ ਆਂ ਸੈਕੰਡ ਰਾਉਂਡ ਦੇ ਵਿੱਚ ਸਾਨੂੰ ਉਹ ਕੈਸ਼ ਦੇਣਾ ਪੈਂਦਾ ਉਹਨਾਂ ਨੂੰ ਕੁਝ ਦੇਣਾ ਪੈਂਦਾ ਉਹਦੇ ਲਈ ਉਹਨਾਂ ਬੱਚੇ ਪਹਿਲਾਂ ਸਿਲੈਕਟ ਕੀਤੇ ਹੁੰਦੇ ਆ ਮੈਂ ਇਸ ਗੱਲ ਨੂੰ ਮੰਨਦੀ ਨਹੀਂ ਸੀ ਬਟ ਜਦੋਂ ਮੈਂ ਦੇਖਿਆ ਉੱਥੇ ਹਾਲ ਮੈਂ ਦੇਖਿਆ ਵੀ ਇਦਾਂ ਹੁੰਦਾ ਆ ਤਾਂ ਮੈਂ ਉਹਨਾਂ ਨੂੰ ਸਾਫ਼ ਕਹਤਾ ਮੇਰੇ ਕੋਲ ਕੈਸ਼ ਨਹੀਂ ਆ ਮੈਂ ਕਰਾਇਆ ਕਿੰਨੇ ਕਿੰਨੇ ਕੈਸ਼ ਦੀ ਪੇਸ਼ਕਸ਼ ਕੀਤੀ ਗਈ ਆਈ ਥਿੰਕ ਕੋਈ 20000 ਓਕੇ ਜੀ ਤੋ ਉਸ ਤੋਂ ਬਾਅਦ ਮੇਰਾ ਮਨ ਨਹੀਂ ਕੀਤਾ ਕਿਸੇ ਰਿਐਲਿਟੀ ਸ਼ੋਅ 'ਚ ਜਾਂਦਾ ਨਹੀਂ ਤੁਸੀਂ ਜਿੱਦਾਂ ਬਾਕੀ ਵੀ ਕੈਸ਼ ਦਿੰਦੇ ਹੋਣਗੇ ਹਨਾ ਤੁਹਾਡੇ ਨਹੀਂ ਜ਼ੈਨ ਦੇ ਵਿੱਚ ਆਇਆ ਕਿ ਮੈਂ 20000 ਮਤਲਬ ਕਿ ਦੇ ਕੇ ਤੇ ਮੈਂ ਰਾਉਂਡ ਅੱਗੇ ਚੱਲ ਜਾਾਂ ਕਿਉਂਕਿ ਬਾਕੀ ਵੀ ਬੱਚੇ ਗਏ ਆ ਇਦਾਂ ਜੇ 20000 ਮੇਕਓ ਹੁੰਦਾ ਤੇ ਅੱਜ ਮੈਂ ਵੀ ਸਟਾਰ ਹੁੰਦੀ ਮੈਨੂੰ ਕਿਤੇ ਨਾ ਕਿਤੇ ਘਰ ਦੀ ਮਜਬੂਰੀ ਪੈਸੇ ਦੀ ਕਮੀ ਕਰਕੇ ਜਿਹੜਾ ਅੱਗੇ ਨਹੀਂ ਆਜ ਵੈਸੇ ਘਰ ਦੀ ਹਾਲਤ ਕਿੱਥੇ ਕੋ ਸਟੈਂਡ ਕਰਦੀ ਆ ਦੱਸਣਾ ਚਾਹੂੰਗੇ ਕੁਝ ਜੀ ਇਦਾਂ ਮੈਂ ਦਰਸ਼ਕਾਂ ਦੇ ਸਾਹਮਣੇ ਵੀ ਇਹ ਗੱਲ ਰੱਖਣਾ ਚਾਹੂੰਗੀ ਜੀ ਕਿ ਸਾਡੇ ਘਰ ਦਾ ਜਿਹੜਾ ਮਾਹੌਲ ਆ ਆਰਥਿਕ ਜਿਹੜੀ ਉਹ ਹੈਗੀ ਬਾਲੀ ਵਧੀਆ ਕੋਈ ਆਰਥਿਕ ਨਹੀਂ ਹੈਗੀ ਇਦਾਂ ਕਹ ਲਓ ਜਿੱਦਾਂ ਵੀ ਸਥਿਤੀ ਜਿਹੜੀ ਆ ਉਹ ਇਦਾਂ ਦੀ ਆ ਕੇ ਮਸੇਂ ਗੁਜ਼ਾਰੇ ਵਾਲੀ ਗੱਲ ਹੈ ਇਦਾਂ ਮੇਰੇ ਸਕੂਲ ਟਾਈਮ ਵੀ ਜਦੋਂ ਮੈਂ ਸਟੱਡੀ ਕੀਤੀ ਆ ਤੇ ਮੇਰਾ ਜਿਹੜਾ ਖਰਚਾ ਉਹ ਟੀਚਰਸ ਦਾ ਚੱਕਦੇ ਸੀ ਤੇ ਉਸ ਤੋਂ ਬਾਅਦ ਕਾਲਜ ਦੇ ਵਿੱਚ ਵੀ ਮੈਂ ਪੈਸੇ ਨਹੀਂ ਇਦਾਂ ਲਾ ਸਕਦੀ ਕਿ ਮੈਂ ਇਦਾਂ ਹੁਣ ਟਰੈਕ ਵੀ ਇਦਾਂ ਆ ਤਾਂ ਮੈਂ ਕਿਸੇ ਨਾਲ ਵੀ ਇਦਾਂ ਗੱਲ ਕਰ ਲੈਣੀ ਆ ਕਿ ਮੈਂ ਘਰੋਂ ਪੈਸਾ ਨਹੀਂ ਲਾ ਸਕਦੀ ਮੇਰੀ ਹਾਲਤ ਘਰੋਂ ਬਹੁਤ ਵੈਸਾ ਗਰੀਬ ਆ ਤਾਂ ਮੈਂ ਨਹੀਂ ਲਾ ਸਕਦੀ ਕੁਝ ਪੈਸਾ ਅੱਛਾ ਜੋ ਤਾਂ ਮੈਂ ਤਾਂ ਇਸ ਗਾਇਕੀ ਨੂੰ ਇੱਕ ਮਹਿੰਗਾ ਸ਼ੌਂਕ ਮੰਨਦੇ ਹਾਂ ਨਾ ਤਾਂ ਜਿੱਦਾਂ ਤੁਸੀਂ ਦੱਸਿਆ ਕਿ ਜਿਹੜੀ ਘਰ ਦੀ ਜਿਹੜੀ ਆਰਥਿਕ ਖਾਲਤ ਹੈ ਉਹ ਵੀ ਕੋਈ ਬਹੁਤੀ ਸੁਖਾਵੀ ਨਹੀਂ ਹੈ ਹਨਾ ਤਾਂ ਤੁਸੀਂ ਸ਼ੌਕ ਤਾਂ ਮਹਿੰਗਾ ਪਾਲ ਲਿਆ ਫਿਰ ਇਹ ਪੂਰਾ ਕਿਸ ਤਰ੍ਹਾਂ ਕਰੋਗੇ ਕਿਉਂਕਿ ਇਹ ਸ਼ੌਕ ਮਹਿੰਗਾ ਪੈਸੇ ਤੋਂ ਬਿਨਾਂ ਤਾਂ ਇੱਕ ਪੈਰ ਨਹੀਂ ਪੁੱਟਿਆ ਜਾਂਦਾ ਇਸ ਲਾਈਨ 'ਚ ਜਿੱਦਾਂ ਕੋਈ ਦੇਖ ਕੇ ਮੈਨੂੰ ਇਦਾਂ ਉਮੀਦ ਹੈਗੀ ਆ ਕਿ ਕੋਈ ਵੀ ਸਾਨੂੰ ਸਪான்ਸਰ ਕਰੂ ਮੈਨੂੰ ਜੀ ਕੋਈ ਜਿਹਦਾ ਟਰੈਕ ਤੇ ਖਰਚਾ ਕਰੂ ਪੈਸਾ ਲਾਉ ਕੋਈ ਕੰਪਨੀ ਵਾਲੇ ਸਾਨੂੰ ਇਦਾਂ ਅਪਰੋਚ ਕਰਨਗੇ ਜੀ ਮੈਨੂੰ ਇਸ ਗੱਲ ਦੀ ਉਮੀਦ ਹੈ ਕਿ ਜੇ ਮਾਲਕ ਨੇ ਕਲਾ ਬਖਸ਼ੀ ਆ ਤੇ ਅਸੀਂ ਆਪਣਾ ਚਲੋ ਮਿਹਨਤ ਕਰਦੇ ਆ ਤੇ ਸਾਨੂੰ ਉਹਦਾ ਫਲ ਵੀ ਜਰੂਰ ਮਿਲੇਗਾ ਹੂੰ ਬਾਕੀ ਸਬਰਿਆ ਸਬਰ ਰੱਖਿਆ ਹੈ ਜੀ ਬਹੁਤ ਅੱਛੇ ਮੇਰੀ ਵੀ ਅਰਦਾਸ ਹੈ ਪ੍ਰਮਾਤਮਾ ਅੱਗੇ ਕਿ ਜਿਹੜਾ ਤੁਹਾਡਾ ਜਿਹੜਾ ਸਬਰ ਹੈ ਉਹਦਾ ਜਿਹੜਾ ਫਾਲਾ ਹੈ ਉਹ ਤੁਹਾਨੂੰ ਸੰਗੀਤਿਕ ਰੂਪ ਦੇ ਵਿੱਚ ਮਿੱਠਾ ਫਾਲੇ ਮਿਲੇ ਹੈਨਾ ਉਹਦਾ ਉਹਦਾ ਵੀ ਇਹ ਵੀ ਮੈਂ ਦਰਸ਼ਕਾਂ ਨੂੰ ਕਹਿਣਾ ਚਾਹੂੰਗੀ ਹਾਲੇ ਤੱਕ ਕੋਈ ਸਾਡੇ ਕੋਈ ਕੰਪਨੀ ਵਾਲਾ ਜਾਂ ਕੁਛ ਵੀ ਸਾਨੂੰ ਕਿਸੇ ਨੇ ਇਦਾਂ ਕਿਹਾ ਨਹੀਂ ਕਿ ਸਾਡੇ ਨਾਲ ਇਦਾਂ ਜਾਂ ਕੰਮ ਕਰੋ ਜਾਂ ਕਿਦਾਂ ਨੇ ਮੌਕਾ ਨਹੀਂ ਮਿਲਿਆ ਇਦਾਂ ਦਾ ਉਹ ਮੌਕਾ ਦਾ ਅਸਲ ਮੌਕਾ ਤਾਂ ਤਾਂ ਮਿਲਦਾ ਨਾ ਜੇ ਤੁਸੀਂ ਕੋਈ ਚੱਕਮਾ ਗੀਤ ਗਾਉਣੇ ਜੇ ਤੁਸੀਂ ਵੀ ਕੋਈ ਕਹਿੰਨੇ ਵੀ ਚੱਕ ਦਾਂਗੇ ਮਾਰ ਦਾਂਗੇ ਵਾਢ ਦਾਂਗੇ ਤਾਂ ਜ਼ਾਹਿਰ ਜੀ ਗੱਲ ਹੈ ਕਿ ਕੋਈ 10 ਤੋਂ 15 ਕੰਪਨੀਆਂ ਨੇ ਤੁਹਾਡੇ ਮੂਰੇ ਵਿੜਾ ਮੱਲ ਲੈਣਾ ਸੀ ਸੋ ਇਹਨੂੰ ਤੁਸੀਂ ਮੈਨੂੰ ਨਹੀਂ ਸਮਝ ਲੱਗਦੀ ਕਿ ਇਹਨੂੰ ਮੈਂ ਕਮੀ ਕਵਾਂ ਜਾਂ ਪੋਜ਼ਿਟਿਵ ਕਵਾਂ ਜਾਂ ਕੰਪਨੀਆਂ ਦੀ ਕਮੀ ਕਵਾਂ ਜਾਂ ਉਹਨਾਂ ਦਾ ਪੋਜ਼ਿਟਿਵ ਪੁਆਇੰਟ ਆ ਪਰ ਮੈਂ ਇਹੀ ਗੱਲ ਕਹੂੰਗਾ ਕਿ ਤੁਹਾਡੇ ਅੰਦਰ ਚੰਗੀ ਗਾਇਕੀ ਹੈ ਤੇ ਚੰਗੀ ਗਾਇਕੀ ਨੂੰ ਚੰਗਾ ਕੋਈ ਕਦਰਦਾਨ ਮਿਲਣਾ ਚਾਹੀਦਾ ਹੈ ਤੇ ਪ੍ਰਮਾਤਮਾ ਕਰੇ ਜਲਦੀ ਮਿਲੇ ਤੁਹਾਡਾ ਕੋਈ ਰੀਸੈਂਟ ਕਿਹੜਾ ਗੀਤ ਆਇਆ ਹੁਣ ਹਾਂਜੀ ਮੇਰਾ ਹੁਣ ਜਿਹੜਾ ਧਾਰਮਿਕ ਟ੍ਰੈਕ ਆਇਆ ਆ ਉਹ ਛੋਟੇ ਸਾਹਿਬ ਜਾਦੇ ਆ ਤਾਂ ਉਹਨਾਂ ਦਾ ਮੈਂ ਦਰਸ਼ਕਾਂ ਦੇ ਨਾਲ ਦੋ ਲਾਈਨਰ ਰੱਖਣ ਦਾ ਯਤਨ ਕਰੂੰਗੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਮੈਂ ਉਹ ਵੀ ਇਦਾਂ ਬ੍ਰਦਰ ਮੇਰੇ ਨਾਲ ਨੇ ਓਕੇ ਜੀ ਤੇ ਇਹ ਸਰੰਗੀ ਤੇ ਸਰੰਗੀ ਵਜਾਉਣਗੇ ਤੇ ਮੈਂ ਜੋ ਛੋਟੇ ਸਾਹਿਬ ਜਾਦੇ ਦਾ ਜੋ Song ਹੈ ਟ੍ਰੈਕ ਆਇਆ ਸਾਡਾ ਉਹ ਮੈਂ ਦਰਸ਼ਕਾਂ ਦੇ ਨਾਲ ਰੂਬਰੂ ਕਰੂੰਗੀ ਹਾਂਜੀ ਹਾਂਜੀ ਬਹੁਤ ਅੱਛੇ ਸਗੋਣ ਵਾਲਿਓ ਆਜੋ ਗੱਲ ਮੈਂ ਸੁਣਾਵਾਂ ਸਰਹੰਦ ਦੀ ਫਤਹ ਸੁਣ ਕੇ ਲਾਲਾਂ ਦੇ ਮੂੰਹ ਹੋਇਆ ਖਰੀ ਚੀਜ਼ ਨਿਕਲੀ ਜ਼ਰੂਰ ਹੋਣੀ ਕੰਦ ਦੀ ਫਤਹ ਸੁਣ ਕੇ ਲਾਲਾਂ ਦੇ ਮੂੰਹ ਹੋਇਆ ਖਰੀ ਚੀਜ਼ ਨਿਕਲੀ ਜ਼ਰੂਰ ਹੋਣੀ ਕੰਦ ਦੀ ਕਲ ਗਿਸ ਜਾ ਕੇ ਦੇਖਿਓ ਕਿਤੇ ਨਹੀਂ ਰ ਮੰਨਿਓ ਨਾਲੇ ਸਮਝਾਇਆ ਸੀਨੇ ਨਾਲ ਲਾ ਕੇ ਜ਼ਾਲਮ ਹਰਾਨ ਰਹਿ ਕੇ ਦੇਖ ਕੇ ਨਾਹੀ ਡਰ ਸੀ ਨਾ ਕੋਈ ਪੀੜ ਠੰਡ ਦੀ ਤਾਜ਼ ਮੈਲਾ ਦੇ ਜਸ ਗਾਉਣ ਵਾਲਿਓ ਆਜੋ ਗੱਲ ਮੈਂ ਸੁਣਾਵਾਂ ਸਰਹੰਦ ਦੀ ਤਾਜ਼ ਮੈਲਾ ਦੇ ਜਸ ਗਾਉਣ ਵਾਲਿਓ ਆਜੋ ਗੱਲ ਮੈਂ ਸੁਣਾਵਾਂ ਸਰਹੰਦ ਦੀ ਫਤਿਹ ਸੁਣ ਕੇ ਲਾਲਾਂ ਦੇ ਮੋਹ ਆਖਰੀ ਜਿਸ ਨਿਕਲੀ ਜ਼ਰੂਰ ਹੋਣੀ ਕੰਦ ਦੀ ਵਾਹ ਬਹੁਤ ਅੱਛੇ ਮੈਨੂੰ ਬੜੀ ਖੁਸ਼ੀ ਮਹਿਸੂਸ ਹੋਈ ਹੈ ਕਿ ਤੁਹਾਡੇ ਵਰਗੇ ਜਿਹੜੇ ਗਵਈਏ ਆ ਜਿਹੜੇ ਸਿੱਖ ਇਤਿਹਾਸ ਨੂੰ ਵੀ ਜਿਉਂਦਾ ਰੱਖਣਾ ਚਾਹੁੰਦੇ ਆ ਤੇ ਨਾਲ ਨਾਲ ਗਾਇਕੀ ਦਾ ਵੀ ਜਿਹੜਾ ਸਫਰ ਹੈ ਉਹ ਪੂਰਾ ਕਰ ਰਹੇ ਆ ਬੜੇ ਮਤਲਬ ਖੁਸ਼ੀ ਦੀ ਗੱਲ ਹੈ ਵਧਾਈ ਦੇ ਪਾਤਰ ਹੋ ਤੁਸੀਂ ਹਨ ਹੁਣ ਮੈਂ ਵੀਰ ਜੀ ਨਾਲ ਗੱਲ ਕਰਨੀ ਚਾਹੁੰਗਾ ਵੀਰ ਜੀ ਪਹਿਲਾਂ ਤਾਂ ਤੁਸੀਂ ਆਪਣਾ ਨਾਮ ਜਰੂਰ ਦੱਸੋ ਸਤਿ ਸ਼੍ਰੀ ਅਕਾਲ ਭਾਜੀ ਸਾਰੇ ਦਰਸ਼ਕਾਂ ਨੂੰ ਮੇਰਾ ਨਾਮ ਵਰਿੰਦਰ ਸਿੰਘ ਹੈ ਜੀ ਵਰਿੰਦਰ ਸਿੰਘ ਤੇਜ ਜੀ ਹਾਂਜੀ ਅੱਛਾ ਤੁਸੀਂ ਵੀ ਗਾਉਣ ਦਾ ਸ਼ੌਂਕ ਰੱਖਦੇ ਹੋ ਜਾਂ ਨਹੀਂ ਹਾਂਜੀ ਹਾਂਜੀ ਸਾਰੇ ਪਰਿਵਾਰ 'ਚ ਹੀ ਇਹ ਗੁੜਤੀ ਮਿਲੀ ਹੋਈ ਹੈ ਜੀ ਖੂਨ 'ਚ ਮਿਲਿਆ ਸਾਰਾ ਕੁਝ ਜਿੱਦਾਂ ਹੁਣ ਸਿਸਟਰ ਦੇ 5 2 6 ਟਰੈਕ ਆ ਗਏ ਹਨਾ ਜਾਂ ਤੁਸੀਂ ਦੇਖਿਆ ਕਿ ਹੁਣ ਬਹੁਤ ਖੂਬਸੂਰਤ ਆਵਾਜ਼ ਹੈ ਤਾਂ ਕੀ ਮਹਿਸੂਸ ਹੁੰਦਾ ਕੁਝ ਕੁ ਮਾਣ ਵਾਲੀ ਗੱਲ ਬਹੁਤ ਪ੍ਰਾਊਡ ਆ ਮਹਿਸੂਸ ਹੁੰਦਾ ਜੀ ਮੇਰੀ ਪਛਾਣ ਜੇ ਗੱਲ ਕਰੀਏ ਤੇ ਮੇਰੀ ਸਿਸਟਰ ਕਰਕੇ ਬਣੀ ਆ ਜੀ ਕਿ ਬਹੁਤ ਉਹ ਵਾይਗੁਰੂ ਦੀ ਕਿਰਪਾ ਇਹਨਾਂ ਨੂੰ ਕਲਾ ਜਿਹੜੀ ਬਖਸ਼ੀ ਹੋਈ ਹੈ ਪਰਮਾਤਮਾ ਨੇ ਗੋਡ ਗਿਫਟੀ ਇਹਨਾਂ ਨੂੰ ਤੇ ਅਸੀਂ ਤਾਂ ਚਾਹੁੰਦੇ ਆ ਕਿ ਹੌਲੀ-ਹੌਲੀ ਮਿਹਨਤ ਕਰੀਏ ਤੇ ਇਸ ਜਿਹੜੀ ਮਕਾਮ ਨੂੰ ਸਰ ਕਰੀਏ ਜੀ ਕਿਹਦਾ ਮਕਾਮ ਤੁਸੀਂ ਜ਼ਹਿਨ ਚ ਸੋਚ ਰੱਖਿਆ ਜਿਹਨੂੰ ਸਰ ਕਰਨਾ ਚਾਹੁੰਦੇ ਹੋ ਇਹ ਹੀ ਸੋਚਿਆ ਜੀ ਮਿਹਨਤ ਕਰਕੇ ਕੋਈ ਮਤਲਬ ਇੰਡਸਟਰੀ 'ਚ ਆਪਣਾ ਨਾਮ ਪੇਸ਼ ਕਰੀਏ ਬਹੁਤ ਅੱਛਾ ਜੋ ਵੀ ਆਪਣਾ ਕੰਮ ਹੈਗਾ ਵੇ ਹੌਲੀ ਟੂ ਦਾ ਪੁਆਇੰਟ ਨੂੰ ਸਾਰਾ ਕੁਝ ਆਪਣਾ ਸਰ ਕਰਨ ਦੀ ਕੋਸ਼ਿਸ਼ ਕਰਦੇ ਪਿਆ ਜੇ ਸਰੰਗੀ ਆ ਟਾਡੀ ਕਲਾਵਾਜ਼ ਸਿੰਗਿੰਗ ਲੈਂਡ ਮਤਲਬ ਹਰ ਇੱਕ ਦੈਰਜ ਗਾਉਣਾ ਚਾਹੁੰਦੇ ਆ ਹਾਂਜੀ ਮੈਂ ਚਾਹੁੰਗਾ ਕਿ ਜੇ 2 17 ਤੁਸੀਂ ਵੀ ਕੁਝ ਗੁੰਗੁਣਾ ਦਿਓ ਤਾਂ ਸਮਾਂ ਬਣਿਆ ਜਾਊਗਾ ਹੂੰ ਤੂੰ ਸੱਜਣਾ ਰੱਬ ਦੇਨਾ ਵਰਗਾ ਤੇ ਆਉਂਦੇ ਜਾਂਦੇ ਸਾ ਵਰਗਾ ਤੂੰ ਸੱਜਣਾ ਰਬ ਦੇ ਨਾ ਵਰਗਾ ਤੇ ਆਉਂਦੇ ਜਾਂਦੇ ਸ ਵਰਗਾ ਤੈਨੂੰ ਪਾਉਣ ਲਈ ਅਸੀਂ ਵੇ ਸੱਜਣਾ ਤੈਨੂੰ ਪਾਉਣ ਲਈ ਅਸੀਂ ਵੇ ਸੱਜਣਾ ਕਰ ਕੀ ਨਹੀਂ ਸਕਦੇ ਹਾਏ ਤੇਰੇ ਬਿਨ ਮਰਤਾ ਸਕਦੇ ਹਾਂ ਤੇਰੇ ਬਿਨ ਜੀ ਨਹੀਂ ਸਕਦੇ ਤੇਰੇ ਬਿਨ ਮਰਤਾ ਸਕਦੇ ਹਾਂ ਤੇਰੇ ਬਿਨ ਜੀ ਨਹੀਂ ਸਕਦੇ ਵਾਜਵਾ ਬਹੁਤ ਅੱਛੇ ਪਤਾ ਚੱਲਦਾ ਕਿ ਚੀਜ਼ਾਂ ਗੁਰਤੀ ਚੋਂ ਮਿਲੀਆਂ ਹੋਈਆਂ ਤੇ ਵਿਰਸੇ ਵਾਲੀਆਂ ਚੀਜ਼ਾਂ ਹਨ ਤੇ ਉਹ ਬੜੀ ਖੂਬਸੂਰਤੀ ਵਾਲੀ ਗੱਲ ਹੈ ਅੱਜ ਕੱਲ ਪਹਿਲੀ ਗੱਲ ਤਾਂ ਵਿਰਸੇ ਦੇ ਵਿੱਚ ਗਾਇਕੀ ਮਿਲਦੀ ਬਹੁਤ ਘੱਟ ਲੋਕਾਂ ਨੂੰ ਹਨਾ ਬਹੁਤ ਸਾਰੇ ਉਹ ਤਾਂ ਕਾਲਜ ਲਾਈਫ ਚ ਜਾ ਕੇ ਪਤਾ ਚੱਲਦਾ ਜਦੋਂ ਆਪਣੀਆਂ ਬਦਮਾਸ਼ੀਆਂ ਕਰਦੇ ਕਾਲਜ ਲਾਈਫ ਕਰਦੇ ਤੇ ਉਹਨਾਂ ਨੂੰ ਫੇਰ ਪਤਾ ਚੱਲਦਾ ਕਿ ਅੱਜ ਕੱਲ ਦੇ ਜਿੰਦਾਂ ਦੇ ਗਾਣੇ ਆ ਰਹੇ ਤੇ ਸ਼ਾਇਦ ਅਸੀਂ ਵੀ ਇਦਾਂ ਦਾ ਗਾ ਗੋ ਕੇ ਸਿੰਗਰ ਬਣ ਸਕਦੇ ਹਾਂ ਹਨਾ ਇਹ ਗਾਇਕੀ ਦਾ ਇੱਕ ਮਾੜਾ ਫੱਕ ਰਿਹਾ ਜੇ ਦੇਖਿਆ ਜਾਵੇ ਤਾਂ ਅ ਸੋ ਹੁਣ ਆਪਾਂ ਦੁਬਾਰਾ ਜੋਤ ਤੇ ਆਉਣੇ ਆ ਤਾਂ ਜੋਤ ਜਿੱਦਾਂ ਤੁਹਾਡੀ ਗਾਇਕੀ ਬਾਖਮਾਲ ਹੈ ਤੁਸੀਂ ਸੰਗੀਤਿਕ ਕਰਾਣੇ ਦੇ ਨਾਲ ਵੀ ਤਾਲੁਕਤ ਰੱਖਦੇ ਹੋ ਤਾਂ ਕੋਈ ਪਿੰਡ ਵੱਲੋਂ ਕੋਈ ਸਾਥ ਨਹੀਂ ਮਿਲਿਆ ਜਾਂ ਕਿਸੇ ਨੂੰ ਪਤਾ ਨਹੀਂ ਹੈ ਕਿ ਤੁਸੀਂ ਗਾਉਂਦੇ ਹੋ ਇਦਾਂ ਆ ਜੀ ਜੇਸ ਏਰੀਆ ਜੱਸੀ ਰਹਿੰਦੇ ਹੋ ਬਹੁਤ ਬੈਕਵਰਡ ਏਰੀਆ ਜੀ ਤੇ ਜਿੰਨਾ ਕੋ ਹੋ ਸਕਦਾ ਪਿੰਡ ਵਾਲਿਆਂ ਨੇ ਸਾਡਾ ਸਾਥ ਦਿੱਤਾ ਪਰ ਜਿੱਥੋਂ ਤੱਕ ਮਿਲਣਾ ਚਾਹੀਦਾ ਉੱਥੋਂ ਤੱਕ ਨਹੀਂ ਮਿਲਿਆ ਸਾਨੂੰ ਸਾਥ ਪਿੰਡ ਵਾਲਿਆਂ ਦਾ ਜੀ अच्छा जोते ਤੁਸੀਂ ਜਿੰਨੇ ਵੀ ਗੀਤ ਸੁਣਾਏ ਆ ਮੈਨੂੰ ਤੁਹਾਡੇ ਗੀਤਾਂ ਦੀ ਚੋਣ ਬੜੀ ਵਧੀਆ ਲੱਗੀ ਹਨ ਗੀਤਾਂ ਦੀ ਚੋਣ ਜਦੋਂ ਕਰਦੇ ਹੋ ਤੁਹਾਡੇ ਜ਼ੈਨ ਚ ਕੀ ਹੁੰਦਾ ਹੈ ਮਤਲਬ ਕੁਝ ਡਿਫਰੈਂਟ ਸੋਚਦੇ ਹੋ ਕਿਉਂਕਿ ਅੱਜ ਕੱਲ ਦੇ ਗੀਤ ਬੜੇ ਢਕੀਲੇ ਜਿਹੇ ਗੀਤਾਰੇ ਆ ਹਨ ਤਾਂ ਤੁਹਾਡੇ ਗੀਤਾਂ ਦੀ ਚੋਣ ਕਰਨ ਲੱਗਿਆਂ ਕੀ ਜ਼ੈਨ ਚ ਹੁੰਦਾ ਤੁਹਾਡੇ ਮੈਂ ਜਦੋਂ ਕੁਝ ਗਾਉਣਾ ਹੁੰਦਾ ਮੈਨੂੰ ਇਦਾਂ ਹੋਵੇ ਵੀ ਸਾਹਮਣੇ ਵਾਲੇ ਨੂੰ ਵਧੀਆ ਲੱਗੇ ਜੀ ਜੇ ਅਸੀਂ ਪੜਕੀਲਾ ਮਾਹੌਲ ਕ੍ਰੀਏਟ ਕਰਾਂਗੇ ਤਾਂ ਉਹ ਸ਼ਾਇਦ ਲੋਕਾਂ ਨੂੰ ਨਹੀਂ ਪਸੰਦ ਆਏਗਾ ਤੇ ਅੱਜ ਉਹ ਜਿਹੜਾ ਭੜਕਾਉ ਗਾਣੇ ਆ ਰੱਖ ਲੋ ਚੱਕ ਲੋ ਇਦਾਂ ਦੇ ਗਾਣੇ ਜ਼ਿਆਦਾ ਜਿਹੜੇ ਆਂਦੇ ਆ ਤਾਂ ਕੁਝ ਲੋਕ ਕੁਝ ਕੁ ਪਸੰਦ ਕਰਦੇ ਸਾਰੇ ਜਿਹੜੇ ਲੋਕ ਨਹੀਂ ਉਹਨੂੰ ਉਸ ਚੀਜ਼ ਨੂੰ ਪਸੰਦ ਕਰਨਗੇ ਤੇ ਮੈਂ ਆਪਣੇ ਗੀਤਾਂ ਦੀ ਚੋਣ ਇਦਾਂ ਕਰਦੀ ਕਿ ਸਾਰਿਆਂ ਨੂੰ ਹੀ ਅੱਛਾ ਲੱਗੇਗੇ ਇਹ ਕੁੜੀ ਵਧੀਆ ਜਾਂਦੀ ਆ ਜੀ ਫਿਰ ਤੁਸੀਂ ਜਿਹੜੀ ਅੱਜ ਦੀ ਅਲੜ ਗਾਇਕੀ ਹੈ ਹਨਾ ਉਹਦੇ ਤੋਂ ਫਿਰ ਬੱਚੋਂਗੇ ਕਿਦਾਂ ਇਦਾਂ ਹੈ ਜੀ ਉਹ ਚੀਜ਼ਾਂ ਤੋਂ ਕੁਝ ਸਿੱਖਣ ਨੂੰ ਨਹੀਂ ਵੈਸੀ ਮਿਲਦਾ ਤੇ ਉਹ ਇਦਾਂ ਐਂਟਰਟੇਨਮੈਂਟ ਜਿੱਦਾਂ ਕਹਿ ਲਓ ਉਹ ਚੀਜ਼ ਦਾ ਆਪਾਂ ਕਰਦੇ ਆ ਉਹਨੂੰ ਆਪਣੀ ਜ਼ਿੰਦਗੀ ਚ ਢਾਲ ਦੇਣੀ ਆ ਜੀ ਤਾਂ ਤੁਹਾਨੂੰ ਮੈਂ ਪਹਿਲਾਂ ਵੀ ਇਹ ਗੱਲ ਦੱਸੀ ਕਿ ਜਿਨ੍ਹਾਂ ਨੂੰ ਅਸੀਂ ਸੁਣਦੇ ਆ ਵਧੀਆ ਲੋਕਾਂ ਨੂੰ ਸੁਣਾਗੇ ਤੇ ਅੱਛਾ ਕੁਝ ਸਾਨੂੰ ਸਿੱਖਣ ਨੂੰ ਮਿਲੇਗਾ ਤੇ ਜੋ ਅੱਜ ਕੱਲ ਚੱਲ ਰਿਹਾ ਆ ਉਹ ਤੇ ਇੱਕ ਮਨੋਰੰਜਨ ਰਹਿ ਗਿਆ ਜੀ ਉਹ ਤੋਂ ਆਪਾਂ ਸਿੱਖ ਨਹੀਂ ਸਕਦੇ ਕੁਝ ਤੁਸੀਂ ਇਹ ਚੀਜ਼ ਸੋਚਦੇ ਹੋ ਕਿ ਇੱਕ ਗੀਤ ਦੇ ਵਿੱਚ ਗੀਤਕਾਰ ਦੀ ਕਿੰਨੀ ਕੁ ਅਹਿਮ ਭੂਮਿਕਾ ਹੁੰਦੀ ਹੈ ਲਿਰਿਸਟਸ ਦੀ ਕਿੰਨੀ ਕੁ ਅਹਿਮ ਉਹਦਾ ਰੋਲ ਹੁੰਦਾ ਹੈ ਦੇਖੋ ਜੀ ਜੇ ਕਿਸੇ ਨੇ ਅੱਛਾ ਲਿਖਿਆ ਆ ਤਾਂ ਅੱਗੋਂ ਮੂਰੇ ਗਾਉਣ ਵਾਲਾ ਵੀ ਉਹਨਾਂ ਵਧੀਆ ਹੋਵੇ ਤੇ ਮੈਂ ਮੰਨਦੀ ਆ ਕਿ ਗਾਣੀ ਨੂੰ ਚਾਰ ਚੰਨ ਲੱਗ ਜਾਂਦੇ ਆ ਤੇ ਅੱਜ ਜੋ ਲੋਕ ਲਿਖ ਰਹੇ ਨੇ ਹਥਿਆਰਾਂ ਦੇ ਲਿਖ ਰਹੇ ਨੇ ਲੋਕ ਸ਼ਰਾਬ ਤੇ ਲਿਖ ਰਹੇ ਨੇ ਧੀ ਭੈਣ ਦੇ ਇਹਦਾ ਵੇਟ ਦੀ ਗੱਲ ਹੁੰਦੀ ਆ ਉਹ ਸ਼ਬਦਾਵਲੀ ਜਿਹੜੀ ਸਾਡੇ ਕਲਚਰ ਦੀ ਉਹ ਸਾਡੇ ਕਲਚਰ ਨੂੰ ਨਹੀਂ ਉਹ ਸ਼ਬਦਾਵਲੀ ਜਿਹੜੀ ਉਹ ਸਹੀ ਨਹੀਂ ਆਏਗੀ ਤੇ ਬਹੁਤ ਘੱਟ ਲੋਕ ਰਾਈਟਰ ਨੇ ਜਿਹੜੇ ਅੱਜ ਅੱਛਾ ਨਹੀਂ ਲਿਖ ਰਹੇ ਉਹ ਢੜਕਾਉ ਉਹ ਜਿਹੜੇ ਨਵੀਂ ਜਨਰੇਸ਼ਨ ਆ ਉਹਨੂੰ ਢੜਕਾਉਂਦੇ ਆ ਤਾਂ ਕਿਤੇ ਨਾ ਕਿਤੇ ਸਾਨੂੰ ਇਹ ਸੋਚਣਾ ਲਿਖਣ ਲੱਗਿਆ ਸੋਚਣਾ ਚਾਹੀਦਾ ਕਿ ਅਸੀਂ ਲੇਖ ਕੀ ਰਹਿ ਆ ਤਾਂ ਲਿਖਣਾ ਵੀ ਇਦਾਂ ਦਾ ਚਾਹੀਦਾ ਕਿ ਨੌਜਵਾਨ ਪੀੜ੍ਹੀ ਨੂੰ ਸੇਧ ਦੇਣੀ ਤਾਂ ਮੈਂ ਮੰਨਦੀ ਆ ਕਿ ਅੱਛਾ ਲਿਖਣ ਜੇ ਲਿਖਾਂਗੇ ਤੇ ਆਪਾਂ ਉਹਨੂੰ ਅੱਛਾ ਗਾਵਾਂਗੇ ਵੀ ਜੋ ਤੁਸੀਂ ਜਦੋਂ ਮੈਂ ਇੰਟਰਵਿਊ ਕਰੀਦੀ ਆ ਹਨਾ ਤਾਂ ਜਿਹੜਾ ਗਾਉਣ ਵਾਲਾ ਵਰਗ ਹੁੰਦਾ ਉਹ ਹਮੇਸ਼ਾ ਜਿਹੜੇ ਸਾਡੇ ਵਰਗੇ ਸੁਣਨ ਵਾਲਿਆਂ ਵਾਲਾ ਵਰਗ ਹੈ ਹਨਾ ਉਹ ਉਹਦੇ ਤੇ ਇਲਜ਼ਾਮ ਲਾ ਦਿੰਦਾ ਕਿ ਲੋਕ ਸ਼ਾਇਦ ਸੁਣਦੇ ਹੀ ਇਦਾਂ ਦਾ ਤਾਂ ਕਰਕੇ ਅਸੀਂ ਇਦਾਂ ਦੇ ਗੀਤ ਕੱਢਦੇ ਆ ਹਨਾ ਜੇ ਸੁਣਨ ਵਾਲਿਆਂ ਨੂੰ ਪੁੱਛੀਦਾ ਤੇ ਉਹ ਕਹਿੰਦੇ ਵੀ ਉਹ ਗਾਉਂਦੇ ਹੀ ਇਦਾਂ ਦਾ ਜੇ ਉਹ ਚੰਗਾ ਸੁਣਾਉਣਗੇ ਤਾਂ ਅਸੀਂ ਚੰਗਾ ਸੁਣ ਲਾਂਗੇ ਤੁਹਾਨੂੰ ਕੀ ਲੱਗਦਾ ਕਿ ਸੁਣਨ ਵਾਲਿਆਂ 'ਚ ਕਮੀ ਹੈ ਜਾਂ ਸੁਣਾਉਣ ਵਾਲਿਆਂ 'ਚ ਕਮੀ ਹੈ ਮਤਲਬ ਕਿੱਥੇ ਇੱਕ ਦੂਜੇ ਤੇ ਇਲਜ਼ਾਮ ਲੱਗ ਰਹੇ ਆ ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਕੀ ਵਿਚਾਰ ਹੈ ਇਸ ਬਾਰੇ ਦੇਖੋ ਜੀ ਨਾ ਤਾਂ ਸੁਣਨ ਵਾਲਿਆਂ 'ਚ ਕਮੀ ਨਾ ਸੁਣਾਉਣ ਵਾਲਿਆਂ 'ਚ ਜਿੱਦਾਂ ਦਾ ਅਸੀਂ ਬੀਜਾਂਗੇ ਉਦੋਂ ਦਾ ਅਸੀਂ ਵੱਢਾਂਗੇ ਜਿੱਦਾਂ ਦਾ ਅਸੀਂ ਕਿਸੇ ਦੇ ਸਾਹਮਣੇ ਪਰੋਸ ਕੇ ਰੱਖਾਂਗੇ ਉਹ ਉਦੋਂ ਦਾ ਹੀ ਸਾਨੂੰ ਉਹਦਾ ਫਲ ਮਿਲੇਗਾ ਜੇ ਹੁਣ ਪੜਕਾਉਗਾ ਕਿ ਚੱਲ ਰਹੀ ਆ ਜਦ ਹਥਿਆਰਾਂ ਦੇ ਗਾ ਲੋ ਜਾਂ ਉਹ ਨਸ਼ਿਆਂ ਦੇ ਗਾ ਲੋ ਬਹੁਤ ਜ਼ਿਆਦਾ ਜੂਥ ਜਿਹੜੀ ਬਹੁਤ ਜਦਾ ਬੱਚੇ ਵਿਗੜ ਰਹੇ ਨੇ ਸੁਣ ਕੇ ਵੀ ਉਹਨਾਂ ਦਾ ਟੇਸਟ ਉਦਾਂ ਦਾ ਬਣ ਜਾਂਦਾ ਹੁਣ ਜੇ ਇਸ ਮਾਹੌਲ 'ਚ ਵੇਖੀ ਸਤਿੰਦਰ ਸਰਤਾਜ ਹੋਣੀ ਵੀ ਆ ਜਿਨ੍ਹਾਂ ਦੀ ਸਾਫ ਸੁਥਰੀ ਗਾਇਕੀ ਆ ਹੋਰ ਵੀ ਕਈ ਇਦਾਂ ਦੇ ਜਿਹੜੇ ਸੂਫੀ ਗਾਉਂਦੇ ਆ ਹੁਣ ਨੂਰਾ ਸਿਸਟਰ ਜਿਹੜੇ ਆ ਉਹਨਾਂ ਦੀ ਗਾਇਕੀ ਤੁਹਾਨੂੰ ਕੋਈ ਵੀ ਭੜਕਾਉ ਚੱਕਵਾ ਕੋਈ ਇਦਾਂ ਦਾ ਸਟਾਈਲ ਨਹੀਂ ਮਿਲੂਗਾ ਖੈਰ ਮੈਂ ਸੌਰੀ ਮੈਂ ਤੁਹਾਡੀ ਗੱਲ ਕੱਟ ਰਿਹਾ ਖੈਰ ਸਤਿੰਦਰ ਸਰਤਾਜ ਲੋਕਾਂ ਦੀ ਗੱਲ ਕਰ ਲਈਏ ਹਨ ਉਹਦੇ ਵਰਗੇ ਲੋਕਾਂ ਦੀ ਗੱਲ ਕਰ ਲਈਏ ਤਾਂ ਮੇਰੇ ਖਿਆਲ ਚ ਉਹ ਉਸਤਾਦ ਲੋਕ ਨੇ ਪਰ ਜੇ ਅੱਜ ਦੀ ਪਨੀਰੀ ਦੀ ਵੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚੋਂ ਵੀ ਇੱਕ ਬੰਦੇ ਨੇ ਜਨਮ ਲਿਆ ਜਿਸ ਦਾ ਨਾਂ ਕੱਕ ਹੈ ਤਾਂ ਉਹਦੀ ਗਾਇਕੀ ਵੀ ਬੜੀ ਸਾਫ਼ ਸੁਥਰੀ ਹੈ ਜੀ ਹਨਾ ਐਂਡ ਤੁਸੀਂ ਤੁਹਾਡੀ ਉਹ ਗੱਲ ਵੀ ਇਹਦੇ ਨਾਲ ਕੋਰਿਲੇਟ ਕਰਦੀ ਹੈ ਕਿ ਉਹ ਵੀ ਉਹਦੀ ਵੀ ਘਰ ਦੀ ਕੋਈ ਮਾਲੀ ਹਾਲਤ ਕੋਈ ਬਹੁਤ ਹੀ ਚੰਗੀ ਨਹੀਂ ਹੈ ਹਨਾ ਉਹ ਆਪਦਾ ਚੰਗਾ ਸੋਚ ਕੇ ਬੀਜੀ ਗਿਆ ਤੇ ਅੱਜ ਉਹਨੂੰ ਪ੍ਰਮਾਤਮਾ ਨੇ ਫਲ ਚੰਗਾ ਦਿੱਤਾ ਤੁਹਾਨੂੰ ਉਹਦੀ ਗਾਇਕੀ ਕੀ ਕਿੱਦਾਂ ਲੱਗਦੀ ਹੈ ਮੈਂ ਜਦੋਂ ਉਹਦਾ ਪਹਿਲਾ ਗਾਣਾ ਕਹਿ ਲੈਣ ਦੀ ਸੁਣਿਆ ਤੇ ਮੈਨੂੰ ਇੱਕ ਗੱਲ ਦੀ ਬਹੁਤ ਖੁਸ਼ੀ ਹੋਈ ਇੱਕ ਤਾਂ ਉਹ ਗਰੀਬ ਘਰ ਦੇ ਵਿੱਚੋਂ ਬੱਚਾ ਜਿਨੇ ਇੰਨਾ ਸੋਹਣਾ ਲਿਖਿਆ ਤਾਂ ਇੰਨਾ ਉਹ ਤੋਂ ਜ਼ਿਆਦਾ ਸੋਹਣਾ ਗਾਇਆ ਉਹਨੂੰ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਜਿੱਦਾਂ ਅੱਜ ਉਹ ਉਹ ਮਕਾਮ ਜਿਹੜਾ ਮਕਾਮ ਉਹਨੂੰ ਹਾਸਲ ਹੋਇਆ ਮੈਂ ਹੀ ਕੁਐਸਚਨ ਤੁਹਾਡੇ ਤੋਂ ਤਾਂ ਪੁੱਛਿਆ ਸੀ ਕਾਕੇ ਹਾਲਾ ਕਿਉਂਕਿ ਮੈਂ ਚਾਹਣਾ ਸੀ ਕਿ ਕਾਕੇ ਦੀਆਂ ਜਿਹੜੀਆਂ ਉਸ ਗੀਤ ਦੀਆਂ ਜੋ ਉਹਦਾ ਗੀਤ ਮਕਬੂਲ ਹੋਇਆ ਪੂਰੇ ਸੰਸਾਰ ਦੇ ਵਿੱਚ ਉਹ ਤੁਹਾਡੀ ਆਵਾਜ਼ ਵਿੱਚ ਦੋ ਉਹ ਸਤਨਾ ਜ਼ਰੂਰ ਸੁਣਾ ਮੈਂ ਜੀ ਜ਼ਰੂਰ ਸੁਣਾਉਂਗੀ ਮੈਂ ਦੱਸ ਕੀ ਕਰਾਂ ਤੇਰੇ ਤੇ ਮਰਾਂ ਕਹਿਣ ਤੋਂ ਡਰਾਂ ਕਹਿ ਲੈਣ ਦੇ ਤੂੰ ਮੇਰੇ ਜਜ਼ਬਾਤ ਛੜੇ ਇੱਕੋ ਗੱਲ ਕਹਿੰਦੇ ਜਿਹੜੇ ਬਸ ਤੇਰੇ ਨੇੜੇ ਟੜ ਰਹਿ ਲੈਣਦੇ ਲੱਭ ਕੇ ਬਹਾਨੇ ਜਾਣੇ ਜੋੜ ਲੈ ਜਰਾਂ ਨੇ ਜਾਣੇ ਘੜੀ ਬਿੰਦ ਤੇਰੇ ਵੇੜੇ ਬੈ ਲੈਣਦੇ ਮੁਹੱਬਤਾਂ ਨੇ ਗੂੜੀਆਂ ਲੈ ਕੇ ਹਾਂ ਚੂੜੀਆਂ ਪਾਈ ਨਾ ਤਿਉੜੀਆਂ ਤੂੰ ਕਹਿ ਲੈਣ ਦੇ ਦੱਸ ਕੀ ਕਰਾਂ ਤੇਰੇ ਤੇ ਮਰਾਂ ਕਹਿਣ ਤੋਂ ਡਰਾਂ ਕਹਿ ਲੈਣ ਦੇ ਜੀ ਮਾ ਜੀ ਦਾ ਬਹੁਤ ਅੱਛੇ ਬਹੁਤ ਅੱਛੇ ਜੋ ਹਰਫ ਜੋ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਅਪਕਮਿੰਗ ਪ੍ਰੋਜੈਕਟਸ ਕੀ ਨੇ ਹਾਂਜੀ ਆ ਕੁਝ ਦਿਨ ਤੋਂ ਪਹਿਲਾਂ ਮੈਂ ਜਿੱਦਾਂ ਆਪਣੇ ਧਰਨੇ ਲੱਗੇ ਆ ਦਿੱਲੀ ਕਿਸਾਨਾਂ ਦੇ ਬਾਰੇ ਇੱਕ ਮੈਂ ਬਹੁਤ ਸੋਹਣਾ ਗਾਣਾ ਆਪ ਖੁਦ ਕੰਪੋਜ਼ ਕੀਤਾ ਤੇ ਉਹਨੂੰ ਗਾਇਆ ਵੀ ਜੀ ਤੇ ਉਹ ਤੋਂ ਅੱਗੇ ਜਿੱਦਾਂ ਜਿੱਦਾਂ ਵੀ ਆਪਣੀ ਮਿਹਨਤ ਜਿਹੜੀ ਉਹ ਜਾਰੀ ਰੱਖੀ ਆ ਤਾਂ ਬਾਕੀ ਅੱਗੇ ਸੋਚ ਰਹੇ ਆ ਕਿ ਕੁਝ ਵਧੀਆ ਜਿਹੜਾ ਲੋਕਾਂ ਦੇ ਸਾਹਮਣੇ ਰੱਖਣ ਦਾ ਯਤਨ ਕਰੀਏ ਇੱਕ ਸੋਹਣੀ ਸ਼ਬਦਾਵਲੀ ਜਿਹੜੀ ਆ ਲੋੜ ਆ ਅੱਜ ਲੋਕਾਂ ਨੂੰ ਅੱਛਾ ਸੁਣਨ ਦੀ ਤੇ ਉਹ ਮੈਂ ਜ਼ਰੂਰ ਅੱਗੇ ਮੈਂ ਏ ਵੀ ਮੇਰਾ ਮਨ ਇੱਕ ਐ ਇਦਾਂ ਵੀ ਆ ਵੀ ਸਾਨੂੰ ਕੋਈ ਕੰਪਨੀ ਵਾਲਾ ਵੀ ਜਿੱਦਾਂ ਸਾਡੇ ਨਾਲ ਕੋਈ ਤਾਲਮਿਲ ਕਿਸੇ ਦਾ ਹੁੰਦਾ ਹੈ ਤੇ ਮੈਂ ਮੇਰੀ ਗਾਇਕੀ ਇਦਾਂ ਦੀ ਮੈਂ ਰੱਖੂਗੀ ਸਾਰਿਆਂ ਦੇ ਸਾਹਮਣੇ ਕਿ ਆਉਣ ਵਾਲੀ ਗਾਇਕੀ ਜਿਹੜੀ ਉਹ ਬਹੁਤ ਸਾਫ ਸੁਥਰੀ ਤੇ ਸੋਹਣੀ ਗਾਇਕੀ ਜਿਹੜੀ ਭੜਕਾਉ ਨਹੀਂ ਹੋਊਗੀ ਤੇ ਮੈਂ ਇਦਾਂ ਇਹ ਮੇਰਾ ਮੰਨਦਾ ਜਿਹੜਾ ਵਿਚਾਰ ਹੈ ਮੈਂ ਬਹੁਤ ਚੰਗੀ ਸੋਚ ਹੈ ਤੇ ਚੰਗੇ ਵਿਚਾਰ ਹੈ ਤੁਹਾਡੇ ਜੋ ਤਾਂ ਅਸੀਂ ਪਿਛਲੇ ਕੁਝ ਦਿਨਾਂ ਤੋਂ ਜਦੋਂ ਦਾ ਕਿਸਾਨ ਅੰਦੋਲਨ ਚੱਲ ਰਿਹਾ ਅਸੀਂ ਹਰ ਇੱਕ ਇੰਟਰਵਿਊ ਦੇ ਵਿੱਚ ਇੱਕ ਕੁਐਸਚਨ ਲਾਸਟ ਤੇ ਜ਼ਰੂਰ ਪੁੱਛਣ ਲੱਗ ਪਏ ਆ ਕਿ ਪਹਿਲਾਂ ਵਾਲੀ ਗਾਇਕੀ ਤੇ ਅੱਜ ਹੁਣ ਕਿਸਾਨ ਅੰਦੋਲਨ ਦੇ ਵਿੱਚ ਗਾਇਕਾਂ ਦੇ ਗੀਤ ਆ ਰਹੇ ਨੇ ਉਹਦੇ ਵਿੱਚ ਕੁਝ ਬਦਲਾਅ ਆਇਆ ਜਿਹੜੇ ਗਾਇਕਾ ਉਹ ਆਮ ਲੋਕਾਂ ਦੇ ਹਿੱਤਾਂ ਦੇ ਲਈ ਵੀ ਗਾਉਣਾ ਸ਼ੁਰੂ ਕਰ ਚੁੱਕੇ ਨੇ ਮੈਂ ਹਰੇਕ ਇੰਟਰਵਿਊ ਦੇ ਵਿੱਚ ਹੁਣ ਲਾਸਟ ਪ੍ਰਸ਼ਨ ਪੁੱਛਦਾ ਹਾਂ ਕਿ ਤੁਹਾੰਦਾ ਕੀ ਵਿਚਾਰ ਹੈ ਤੁਹਾਡਾ ਕੀ ਵਿਚਾਰ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜੀ ਗਾਇਕੀ ਹੈ ਇਹ ਕੋਸ਼ਿਸ਼ ਸਮੇਂ ਦੀ ਮੌਕਾਪ੍ਰਸਤ ਗਾਇਕੀ ਹੈ ਕਿਤੇ ਇਦਾਂ ਤਾਂ ਨਹੀਂ ਕਿ ਜਦੋਂ ਅੰਦੋਲਨ ਖਤਮ ਹੋ ਜਾਊਗਾ ਤੇ ਫੇਰ ਉਹ ਆਪਦੇ ਉਸੇ ਰੰਗ 'ਚ ਹੀ ਆ ਜਾਣਗੇ ਜਾਂ ਵੀ ਥੋੜਾ ਬਹੁਤ ਗਾਇਕੀ ਹੁਣ ਆਪਣਾ ਰੁਖ ਬਦਲੂਗੀ ਹਾਂਜੀ ਇਦਾਂ ਹੀ ਕਿ ਆਉਣ ਵਾਲੇ ਸਮੇਂ ਦਾ ਤਾਂ ਕਿਸੇ ਨੂੰ ਪਤਾ ਨਹੀਂ ਕੀ ਹੋਣਾ ਆ ਬਾਕੀ ਕਿਤੇ ਨਾ ਕਿਤੇ ਜ਼ਰੂਰ ਬਦਲਾਅ ਆਏਗਾ ਇਹ ਮੈਂ ਮੈਨੂੰ ਇਦਾਂ ਲੱਗਦਾ ਕਿ ਜਿੱਦਾਂ ਹੁਣ ਕਿਸਾਨਾਂ ਵਾਲਾ ਦੇਖ ਲਓ ਬਹੁਤ ਅੱਛਾ ਕਈਆਂ ਨੇ ਬਹੁਤ ਸੋਹਣੀ ਵਰਡਿੰਗ ਲਿਖੀ ਆ ਉਹਨੂੰ ਸੋਹਣਾ ਗਾਇਆ ਆ ਤੇ ਅੱਗੇ ਵੀ ਇਦਾਂ ਹੋ ਸਕਦਾ ਆ ਕਿ ਜਿੱਦਾਂ ਜਿੱਦਾਂ ਹੌਲੀ ਹੌਲੀ ਬਦਲਾਅ ਜ਼ਰੂਰ ਆਏਗਾ ਜੀ ਤਾਂ ਜੋ ਤੇ ਮੇਰੇ ਖਿਆਲ ਚ ਇੰਟਰਵਿਊ ਕਾਫੀ ਲੰਮੀ ਹੋ ਗਈ ਆ ਆਪਣੀ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਮੈਂ ਚਾਹੁੰਗਾ ਕਿ ਇੰਟਰਵਿਊ ਦੀ ਸਮਾਪਤੀ ਕਰਦੇ ਹਾਂ ਤਾਂ ਅਖੀਰ ਤੇ ਕੋਈ ਆਪਣੇ ਮਨਪਸੰਦ ਦਾ ਜੋ ਗੀਤ ਹੈ ਜਰੂਰ ਸਾਂਝਾ ਕਰੋ ਓ ਪਰ ਖੁਦਾ ਆਸਮਾਨੀ ਜੇ ਦਹਾਂ ਸਭ ਹੈ ਮਗਰ ਕਦੀ ਨਾ ਹੋ

ਤੂੰ ਵੀ ਸਿੱਖ ਕਦੇ ਦੁੱਖ ਸੁੱਖ ਫੋਲਣਾ ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਡੋਲਣਾ ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਡੋਲਣਾ ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਡੋਲਣਾ ਤੇਰੇ ਬਿਨਾ ਨਹੀਂ ਲੱਗਦਾ ਦਿਲ ਮੇਰਾ ਡੋਲਣਾ ਜੀ ਵਾਹ ਜੀ ਵਾਹ ਬਹੁਤ ਅੱਛੇ ਬਹੁਤ ਵਧੀਆ ਗੀਤ ਤੁਸੀਂ ਸੁਣਾਇਆ ਤੇ ਵਧੀਆ ਤਰੀਕੇ ਨਾਲ ਸਮਾਪਤੀ ਮੈਂ ਕਹਿ ਸਕਦਾ ਇਸ ਗੀਤ ਦੇ ذریعے ਜੋਤ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੇ ਸਾਡੀ ਐਮਜੀ ਟੈਲੀਕਾਸਟ ਦੀ ਸਮੁੱਚੀ ਟੀਮ ਦੇ ਵੱਲੋਂ ਸਾਡੀ ਅਰਦਾਸ ਹੈ ਕਿ ਜਿਹੜਾ ਤੁਹਾਡਾ ਆਉਣ ਵਾਲਾ ਸਮਾਂ ਤੁਹਾਡਾ ਸੰਗੀਤਿਕ ਸਮਾਂ ਤੁਹਾਡੇ ਅ ਅਪਕਮਿੰਗ ਟਰੈਕਸ ਹੈ ਉਹ ਸਾਰੇ ਬਲੰਦੀਆਂ ਨੂੰ ਛੂਨ ਤੇ ਤੁਹਾਡਾ ਉਹ ਜਿਹੜਾ ਸਮਾਂ ਬਹੁਤ ਹੀ ਵਧੀਆ ਹੋਵੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਬੜੀ ਖੁਸ਼ੀ ਮਿਲੀ ਤੁਹਾਡੇ ਨਾਲ ਗੱਲਾਂបੱਤਾਂ ਸਾਂਝੀਆਂ ਕਰਕੇ ਤੇ ਤੁਹਾਡੀ ਗਾਇਕੀ ਨੂੰ ਸੁਣ ਕੇ ਸੋ ਇੱਕ ਵਾਰ ਤੁਹਾਡਾ ਗੁਮਾਨ ਸਾਹਿਬ ਹੋਣਾ ਦਾ ਕਰਦੀ ਜਿਨ੍ਹਾਂ ਨੇ ਮੌਕਾ ਦਿੱਤਾ ਤੇ ਦਰਸ਼ਕਾਂ ਦਾ ਧੰਨਵਾਦ ਕਰਦੀ ਜਿਨ੍ਹਾਂ ਨੇ ਆਪਣੀ ਕੀਮਤੀ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਸੁਣਿਆ ਤੇ ਆਪ ਜੀ ਸਾਰਿਆਂ ਦਾ ਟੀਮ ਦਾ ਬਹੁਤ ਬਹੁਤ ਧੰਨਵਾਦ ਐਮਜੀ ਟੈਲੀਕਾਸਟ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਜੀ ਸੋ ਦੋਸਤੋ ਇਹ ਸਨ ਸਾਡੇ ਨਾਲ ਉੱਬਰਦੀ ਗਾਇਕਾ ਚੰਗੇ ਚੰਗੇ ਸਿੰਗਰਾਂ ਨੂੰ ਚੋੜ ਪਹੁੰਚਾਉਣ ਵਾਲੀ ਗਾਇਕ ਉੱਬਰਦੀ ਗਾਇਕਾ ਜੋਤ ਹਰਫ ਮੈਂ ਚਾਹਣਾ ਕਿ ਚੰਗੀ ਗਾਇਕੀ ਅੱਗੇ ਆਉਣ ਦੇ ਲਈ ਤਿਆਰ ਬੈਠੀ ਆ ਚੰਗੀ ਗਾਇਕੀ ਨੂੰ ਗਾਉਣ ਵਾਲੇ ਗਵਈਏ ਤਿਆਰ ਬੈਠੇ ਆ ਮੇਰੀ ਹੱਥ ਬਨ ਕੇ ਬੇਨਤੀ ਹੈ ਉਹਨਾਂ ਸੁਣਨ ਵਾਲਿਆਂ ਲਈ ਵੀ ਜੇ ਉਹ ਕਿਤੇ ਚੰਗਾ ਸੁੰਨਾ ਵੀ ਸ਼ੁਰੂ ਕਰ ਦੇਣ ਤੇ ਸ਼ਾਇਦ ਆਉਣ ਵਾਲੀ ਗਾਇਕੀ ਬਹੁਤ ਹੀ ਸੁਨਹਿਰੀ ਗਾਇਕੀ ਹੋ ਸਕਦੀ ਹੈ ਸੋ ਸਾਡਾ ਅੱਜ ਦਾ ਪ੍ਰੋਗਰਾਮ ਤੁਹਾਨੂੰ ਜੋਧ ਹਰਫ ਦੇ ਨਾਲ ਕਿਦਾਂ ਲੱਗਿਆ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਸਾਨੂੰ ਆਪਣੀ ਕੀਮਤੀ ਰਾਏ ਜਰੂਰ ਦਿਓ ਸੋ ਦੋਸਤੋ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਕਿਸੇ ਮਨਪਸੰਦ ਕਲਾਕਾਰ ਦੇ ਇੰਟਰਵਿਊ ਅਸੀਂ ਤੁਹਾਡੇ ਰੂਬਰੂ ਲੈ ਕੇ ਆਈਏ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਉਹਦਾ ਨਾਮ ਪਤਾ ਦੱਸ ਸਕਦੇ ਹੋ ਇੰਨੇ ਦੇ ਨਾਲ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕੈਮਰਾਮੈਨ ਰਾਏਦੀਪ ਸਿੰਘ ਦੇ ਨਾਲ ਮੈਂ ਤੁਹਾਡਾ ਆਪਣਾ ਹੋਸਟ ਮਨਜਿੰਦਰ ਕਮਾਨ ਐਮ ਜੀ ਟੈਲੀਕਾਸਟ ਸ਼ੁਕਰੀਆ